ਬਰਾਬਰ ਕੀਤੀਆਂ। ਸਿੱਖ ਜਾਗਰ ਦੇ ਮਹਾਨ ਸ਼ਹੀਦ ਜਿਨ੍ਹਾਂ ਦੀ ਕਰਨੀ ਬਹੁਤ ਵੱਡੀ ਹੈ, ਸਰਦਾਰ ਸ਼ਾਮ ਸਿੰਘ ਜੀ ਅਟਾਰੀ ਸਭਰਾਵਾਂ ਦੇ ਮੈਦਾਨੇ ਜੰਗ ਅੰਦਰ ਜੂਝ ਕੇ ਸਿੱਖ ਰਾਜ ਦੀ ਰਾਖੀ ਲਈ ਕੌਮ ਦੀ ਵਿਗੜੀ ਸਵਾਰਦੇ ਹੋਏ ਜਾਮੇ ਸ਼ਹਾਦਤ ਪੀ ਗਏ। ਮੈਂ ਸਮਝਦਾ ਵੀ ਇਦੋਂ ਵੱਡੇ ਮਾਣ ਵਾਲੀ ਗੱਲ ਕੋਈ ਨਹੀਂ। ਦਾਵਾ ਵੀ ਕਰਦਾ ਹਾਂ ਵੀ ਜੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਸਾਡੇ ਪਿੰਡ ਸਭਰਾ ਵਿੱਚ ਆ ਕੇ ਬੇਮਿਆਨ ਤੇਗ ਲੈ ਕੇ ਏਡੀ ਵੱਡੀ ਕਰਨੀ ਨਾ ਕਰਦਾ, ਘਾਲਣਾ ਨਾ ਘਾਲਦਾ, ਕੁਰਬਾਨੀ ਨਾ ਕਰਦਾ, ਤੇ ਹੋ ਸਕਦਾ ਸੀ ਵੀ ਸੰਸਾਰ ਪੱਧਰ ਤੇ ਸਭਰਾਵਾਂ ਪਿੰਡ ਦਾ ਨਾਂ ਇੰਨਾ ਰੌਸ਼ਨ ਨਾ ਹੁੰਦਾ। ਹਿਸਟਰੀ ਅੰਦਰ ਇਸ ਪਿੰਡ ਨੂੰ ਸਭਰਾਓ ਆਖਿਆ ਜਾਂਦਾ ਹੈ। ਉਹਦਾ ਆਪਾਂ ਸਭਰਾ ਉਚਾਰਨ ਵਿੱਚ ਸ਼ੁੱਧ ਕਰਦੇ ਹਾਂ, ਲਿਖਣ ਵਿੱਚ ਗਲਤੀ ਕਰ ਲੈਂਦੇ ਹਾਂ। ਸੱਸਾ ਭੱਬਾ ਰਾਰੇ ਕੰਨਾਂ ਲਿਖ ਦੀਦਾ ਸਿੱਧਾ। ਅਸਲ ਵਿੱਚ ਇਸ ਨਗਰ ਦੇ ਨਾਂ ਦੇ ਨਾਲ ਜਦੋਂ ਆਪਾਂ ਸਭਰਾ ਬੋਲਦੇ ਹਾਂ, ਮਗਰ ਐੜਾ ਬੋਲਦਾ, ਸੱਸਾ ਭੱਬਾ ਰਾਰੇ ਕੰਨਾਂ ਮਗਰ ਐੜਾ ਲਓ, ਫਿਰ ਇਹਦਾ ਮੁਕੰਮਲ ਜਿਹੜਾ ਹੈ, ਮੈਂ ਸਮਝਦਾ ਵੀ ਇਹ ਸਭਰਾ ਪਿੰਡ ਜਿਹੜਾ ਹੈ ਉਹ ਸਤਿਕਾਰ ਨਾਲ ਲਿਖਿਆ ਜਾਏ। ਉਸ ਮਰਦ ਦਾ ਲਹੂ ਡੁੱਲਾ ਇਸ ਧਰਤੀ 'ਤੇ ਜਿੱਥੇ ਅੱਜ ਅਸੀਂ ਬੈਠ ਕੇ ਉਸ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰ ਰਹੇ ਹਾਂ। ਜੀਵਨ ਨਿਸ਼ਾਵਰ ਕਰਨਾ ਸੌਖੀ ਬਾਤ ਨਹੀਂ। ਆਪਾਂ ਦੋ ਗੱਲਾਂ ਕਹਿੰਦੇ ਹਾਂ ਵੀ ਕੁਰਬਾਨੀ ਜਾਂ ਭਾਣਾ। ਕਹਿਣ ਲਈ ਇਹ ਸ਼ਬਦ ਬਹੁਤ ਸੌਖੇ ਹੈ, ਛੋਟੇ ਹੈ, ਬੰਦਾ ਕਹਿ ਸਕਦਾ ਹੈ, ਪਰ ਭਾਣਾ ਮੰਨਣਾ ਵੀ ਔਖਾ ਹੈ, ਕੁਰਬਾਨੀ ਕਰਨੀ ਵੀ ਔਖੀ ਹੈ। ਉਸ ਜਰਨੈਲ ਦੇ ਇਤਿਹਾਸ ਦੇ ਵਾਕਿਆਤ ਹਵਾਲੇ ਮੈਨੂੰ ਹੁਕਮ ਹੋਇਆ ਮੈਂ ਆਪ ਜੀ ਦੇ ਮੁਕੱਦਸ ਚਰਨਾਂ 'ਚ ਸਾਂਝੇ ਕਰਾਂ। ਉਦੋਂ ਪਹਿਲਾਂ ਤੁਹਾਡੀ ਅਸੀਸ ਦਾ ਪਾਤਰ ਬਣਨਾ ਚਾਹੁੰਦਾ ਹੈ। ਜਿੰਨੀ ਵੀ ਗੁਰੂ ਕੀ ਸੰਗਤ ਸ਼ਹੀਦੀ ਅਸਥਾਨ 'ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨਾਂ 'ਚ ਬਿਰਾਜਮਾਨ ਹੈ, ਭਾਵੇਂ ਇੱਥੇ ਹਾਲ ਵਿੱਚ ਬੈਠੇ ਹੋ ਜਾਂ ਬਾਹਰ ਬੈਠੇ ਹੋ, ਜਿੱਥੋਂ ਤੱਕ ਆਵਾਜ਼ ਜਾਰੀ ਹੈ, ਕਰੋ ਕਿਰਪਾ ਦਾਸਰਿਆਂ ਨੂੰ ਅਸੀਸ ਦੇ ਉੱਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਵੀ ਜੋੜ ਮੇਲਾ ਮਨਾਇਆ ਜਾਂਦਾ ਅਤੇ ਵੱਡੇ ਸਭਰਾਵਾਂ ਵਿੱਚ ਵੀ। ਪਿੰਡ ਇੱਕ ਹੀ ਹੈ, ਸਮੇਂ ਨਾਲ ਦੋ ਬਣੇ, ਦਰਿਆ ਸਮੁੰਦਰ ਵਰਗਾ ਸੀ ਉਦੋਂ, ਅਤੇ ਜਿਨ੍ਹਾਂ ਦੀਆਂ ਜ਼ਮੀਨਾਂ ਇਸ ਪਾਸੇ ਸੀ ਉਹ ਇੱਧਰ ਆ ਗਏ ਅਤੇ ਇੱਥੇ ਇੱਕ ਪਿੰਡ ਬੱਝ ਗਿਆ, ਅੱਜ ਆਪਾਂ ਫਤਿਹਗੜ੍ਹ ਸਭਰਾ ਦੇ ਨਾਂ ਦੇ ਨਾਲ ਜਾਣਦੇ ਹਾਂ। ਜ਼ਿਲ੍ਹੇ ਵੰਡ ਹੋਈ, ਉਹ ਤਹਿਸੀਲ ਪੱਟੀ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਬਣਿਆ, ਮੁੜ ਕੇ ਤਰਨ ਤਾਰਨ ਜ਼ਿਲ੍ਹੇ ਦਾ ਬਣ ਗਿਆ, ਅਤੇ ਜ਼ਿਲ੍ਹੇ ਵੰਡ ਨੇ ਇਸ ਪਿੰਡ ਨੂੰ ਫਿਰੋਜ਼ਪੁਰ ਵਿੱਚ ਕਰ ਦਿੱਤਾ, ਪਿੰਡ ਇੱਕ ਹੈ ਔਰ ਮੁੜ ਕੇ ਦੋ ਬਣੇ। ਜੇ ਆਪਾਂ ਉਸ ਵਕਤ ਦਾ ਇਤਿਹਾਸ ਦਾ ਹਵਾਲਾ ਪੜ੍ਹ ਕੇ ਵੇਖੀਏ ਜਦੋਂ ਸ਼ਾਮ ਸਿੰਘ ਅਟਾਰੀ ਵਾਲਾ ਸਾਡੇ ਇਸ ਇਲਾਕੇ 'ਚ ਆ ਕੇ ਜੂਝਿਆ, ਦਰਿਆ ਜਿਹੜਾ ਵੱਡੇ ਸਭਰਾਵਾਂ ਦੇ ਨਾਲ ਬਿਲਕੁਲ ਖਹਿ ਕੇ ਉਦੋਂ ਵਗਦਾ ਸੀ, ਉਹ ਢਾਏ ਨਿਸ਼ਾਨੀ ਹੈ ਦਰਿਆ ਦੀ ਕਿ ਕਿੰਨਾ ਵੱਡੇ ਸਭਰਾ ਦੇ ਨੇੜੇ ਦਰਿਆ ਸੀ। ਬਹੁਤ ਜ਼ਿਆਦਾ ਦਰਿਆ ਦਾ ਪੇੜ ਚੌੜਾ ਸੀ ਔਰ ਦਰਿਆ ਪਾਰ ਕਰਕੇ ਇਸ ਧਰਤੀ ਦੇ ਜਰੇ ਜਰੇ 'ਤੇ ਉਹਨਾਂ ਕੌਮੀ ਪ੍ਰਵਾਨਿਆਂ ਦਾ ਪਵਿੱਤਰ ਖੂਨ ਡੁੱਲਿਆ ਜਦੋਂ ਉਹਨਾਂ ਨੇ ਕੁਰਬਾਨੀ ਕੀਤੀ। ਅੱਜ ਦਰਿਆ ਕਿਉਂ ਸੁੰਗੜਿਆ? ਇੱਕ ਤਾਂ ਪਾਣੀ ਘੱਟ ਗਿਆ ਹੈ, ਕਿਉਂਕਿ ਸਾਡੀ ਹੇਕ ਚੀਰ ਕੇ ਨਹਿਰਾਂ ਕੱਢ ਕੇ ਰਾਜਸਥਾਨ ਉਹਨਾਂ ਨੂੰ ਜ਼ਿਆਦਾ ਤੇਹ ਲੱਗੀ ਹੈ, ਸਾਡਾ ਹੱਕ ਉਹਨਾਂ ਨੂੰ ਦੇ ਦਿੱਤਾ ਹੈ। ਹੈੜ ਵੱਧ ਗਿਆ ਔਰ ਉਹ ਦਾਇਰਾ ਜਿਹੜਾ ਵਿਸ਼ਾਲ ਸੀ ਸਤਲੁਜ ਬਿਆਸ ਦਰਿਆ ਦੇ ਸੰਗਮ ਦਾ, ਉਹ ਸੁੰਗੜਦਾ ਸੁੰਗੜਦਾ ਇੰਨਾ ਛੋਟਾ ਹੋ ਗਿਆ ਵੀ ਹੁਣ ਮੈਨੂੰ ਲੱਗਦਾ ਵੀ ਇੱਥੋਂ ਵੀ ਘੱਟੋ ਘੱਟ 2 ਕਿਲੋਮੀਟਰ ਜਾਂ 1.5 ਕਿਲੋਮੀਟਰ ਦੀ ਦੂਰੀ 'ਤੇ ਦਰਿਆ ਹੋਏਗਾ। ਜਦੋਂ ਬਾਬਾ ਸ਼ਾਮ ਸਿੰਘ ਅਟਾਰੀ ਆਇਆ, ਇਹ ਸਾਰਾ ਏਰੀਆ ਮੰਡ ਦਾ ਏਰੀਆ ਦਰਿਆਈ ਏਰੀਆ, ਅਤੇ ਇੱਥੇ ਆ ਕੇ ਉਸ ਕੌਮੀ ਪ੍ਰਵਾਨੇ ਨੇ ਜ਼ਿੰਦਗੀ ਦਾ ਆਖਰੀ ਸਾਹ ਲਿਆ। ਅਸੀਂ ਕਰਮਾਂ ਵਾਲੇ ਹਾਂ, ਜਿਹਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਨਾ, ਅਸੀਂ ਜ਼ਿੰਦਗੀ ਦੀਆਂ ਚੰਦ ਘੜੀਆਂ ਉਹਦੀ ਯਾਦ ਵਿੱਚ ਬੈਠ ਕੇ ਅੱਜ ਉਹਨੂੰ ਚੇਤੇ ਕਰਨ ਦਾ ਉਦਮ ਕੀਤਾ ਹੈ ਔਰ ਇਹ ਰਹਿਮਤ ਵਰਤਾਈ ਹੈ ਸਤਿਗੁਰਾਂ ਨੇ ਔਰ ਸਾਨੂੰ ਪ੍ਰੇਰਨਾ ਦਿੱਤੀ ਆ। ਬੈਠੇ ਨੇ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਸ਼ਿੰਦਰ ਸਿੰਘ ਸਾਹਿਬ ਦਾ। 2 ਦਿਨ ਦਾ ਵਿਆਹ ਹੁੰਦਾ ਘਰ ਵਿੱਚ, ਉਹ ਵੀ ਹੁਣ ਲੋਕ ਡਰਦੇ ਪੈਲਸ ਕਰਨ ਲੱਗ ਪਏ ਵੀ ਲੋਕਾਂ ਨੇ ਆ ਕੇ ਜੁੰਡਿਓ ਜੁੰਡੀ ਹੋਈ ਜਾਣਾ, ਰਿਸ਼ਤੇਦਾਰਾਂ ਨੇ ਉਹ ਪੈਲਸ ਮੰਨ ਲਏ ਘਰਾਂ 'ਚ, ਉਹ ਕਰਮਾਂ ਵਾਲਾ ਘਰ ਹੈ ਜਿੱਥੇ ਵਿਆਹ ਹੁੰਦਾ। ਅਤੇ ਐਡਾ ਵੱਡਾ ਸਮਾਗਮ 10 ਦਿਨ ਦਾ, 10 ਰੋਜ਼ਾ, 9 ਰਾਤ ਦੇ ਦੀਵਾਨ, 10ਵਾਂ ਦਿਨ ਦਾ ਦੀਵਾਨ, ਇਹ ਤਾਂ ਗੁਰੂ ਦੀ ਕਿਰਪਾ ਵਰਤਦੀ ਹੈ, ਗੁਰੂ ਆਪ ਵਿੱਚ ਵਰਤਦਾ, ਆਪ ਸਹਾਈ ਹੁੰਦਾ ਹੈ।
ਔਰ ਪ੍ਰੇਰਣਾ ਮਹਾਂਪੁਰਖਾਂ ਦੀ ਹੈ, ਬਖਸ਼ਿਸ਼ ਸਤਿਗੁਰੂ ਦੇ ਉੱਤੇ ਆਪਾਂ ਸਾਰੇ ਉਦਮ ਕਰਕੇ ਅੱਜ ਉਸ ਸ਼ਹੀਦ ਦੀ ਯਾਦ ਵਿੱਚ ਜੁੜਿਆ। ਮੈਂ ਬੇਨਤੀ ਕਰ ਰਿਹਾ ਸਾਂ ਵੀ ਮੇਲਾ ਸਾਡੇ ਪਿੰਡ ਵਿੱਚ ਵੀ ਮਨਾਇਆ ਜਾਂਦਾ ਹੈ। ਅੱਜ ਦੇ ਦਿਨ ਦਾ ਉੱਥੇ ਦੀਵਾਨ ਸੀ, ਬੜੀ ਲੜਾਈ, ਬੜੀ ਕਲੇਸ਼, ਬੜੇ ਝਗੜੇ, ਬੜੇ ਧੜੇ, ਡਾਂਗੋ ਡਾਂਗੀ, ਮਾਰੋ ਮਾਰੀ, ਜੁੱਤੀਓ ਜੁੱਤੀ, ਪਤਾ ਨਹੀਂ ਸਾਡੀ ਕੌਮ ਨੂੰ ਅੱਜ ਕੀ ਹੋ ਗਿਆ। ਮੈਂ ਹੈਰਾਨ ਹੁੰਦਾ ਹਾਂ ਜਦੋਂ ਇੱਦਾਂ ਵਾਪਰਦਾ ਹੈ, ਖਾਸ ਕਰਕੇ ਗੁਰੂ ਘਰਾਂ ਦੇ ਅੰਦਰ ਔਰ ਐਸੇ ਯੋਧਿਆਂ ਦੇ ਅਸਥਾਨਾਂ 'ਤੇ। ਸਾਡੀ ਬਿਰਤੀ ਇੰਨੀ ਸੁੰਗੜ ਗਈ, ਵਿਸ਼ਾਲ ਨਹੀਂ ਰਹੀ। ਜਦੋਂ ਮੈਂ ਫਿਰ ਇਤਿਹਾਸ ਨੂੰ ਵਾਜਦਾ ਹਾਂ ਵੀ ਐਸਾ ਕਿਉਂ ਵਾਪਰਦਾ ਹੈ, ਅਤੇ ਜਦੋਂ ਮੈਂ ਵੱਡੇ ਸਭਰਾਵਾਂ ਦਾ ਇਤਿਹਾਸ ਪੜ੍ਹਦਾ ਤਾਂ ਮੈਨੂੰ ਬਾਬਾ ਵੀਰ ਸਿੰਘ ਸਾਹਿਬ ਜੀ ਚੇਤੇ ਆ ਜਾਂਦੇ। ਉਹ ਸਾਡੇ ਪਿੰਡ ਵਿੱਚ ਆਏ ਸਨ, ਸ਼ਰਧਾਲੂ ਸੀ ਇੱਕ ਮਹਾਂਪੁਰਖਾਂ ਦਾ। ਵੇਖੋ ਜਿਹੜੇ ਸਾਧੂ ਹੈ ਨਾ, ਉਹ ਕਿਸੇ ਦੇ ਪਿਆਰ ਦੇ ਵਧੇ ਕਿਸੇ ਨਗਰ ਵਿੱਚ ਜਾਂਦੇ ਆ, ਅਤੇ ਉਹ ਸਾਡਾ ਕੋਈ ਪੁਰਖਾ ਵੱਡਾ ਵਡੇਰਾ, ਉਹਦਾ ਨਾਮ ਨਹੀਂ ਸਭਰਾਵਾਂ ਵਾਲਿਆਂ ਨੂੰ ਯਾਦ, ਉਹਦੇ ਪਿਆਰ ਦੇ ਕਰਕੇ ਉਹ ਆਏ। ਉਹ ਅਸਲ ਵਿੱਚ ਗੜਵਾਈ ਸੀ ਬਾਬਾ ਵੀਰ ਸਿੰਘ ਹੋਣਾ ਦਾ, ਅਤੇ ਉਹਨਾਂ ਦੇ ਨਾਲ ਹੀ ਮੁੜ ਕੇ ਸ਼ਹੀਦ ਹੋ ਗਿਆ। ਬਾਬਾ ਜੀ ਆਏ ਅਤੇ ਸਾਡੇ ਪਿੰਡ ਦੀ ਜਿਹੜੀ ਪਰੇ ਹੈ ਨਾ ਪੰਚਾਇਤ, ਗਿਆਨੀ ਪ੍ਰਤਾਪ ਸਿੰਘ ਨੇ ਲਿਖਿਆ, ਮੈਂ ਕੋਲੋਂ ਨਹੀਂ ਕਹਿ ਰਿਹਾ, ਕਿਤੇ ਕੋਈ ਗੁੱਸਾ ਨਾ ਕਰ ਲਏ, ਮੋਹਤਬਾਰ ਵੱਡੇ ਸਭਰਾਵਾਂ ਦਾ ਬੈਠਾ ਹੋਇਆ, ਅਤੇ ਇਹਨਾਂ ਨੇ ਆਖਿਆ ਬਾਬਾ ਜੀ ਤੁਹਾਡੇ ਮਗਰ ਫੌਜ ਲੱਗ ਗਈ ਹੈ, ਸਾਨੂੰ ਮਰਵਾ ਨਾ ਦਿਓ, ਨੁਕਸਾਨ ਹੋਏਗਾ, ਇੱਥੋਂ ਅੱਗੇ ਨੂੰ ਚਲੋ। ਬਾਬਾ ਵੀਰ ਸਿੰਘ ਨੇ ਆਖਿਆ ਕਿ ਅਸੀਂ ਇੱਕ ਪ੍ਰੇਮੀ ਦੇ ਪ੍ਰੇਮ ਦੇ ਬੱਧੇ ਆਏ ਹਾਂ, ਅਸੀਂ ਕਿਸੇ ਨੂੰ ਮਰਵਾਉਣ ਲਈ ਨਹੀਂ ਆਏ ਜਾਂ ਕਿਸੇ ਦਾ ਨੁਕਸਾਨ ਕਰਨ ਲਈ ਨਹੀਂ ਆਏ। ਉਹਨਾਂ ਨੇ ਆਖਿਆ ਬਾਬਾ ਡੋਗਰੇ ਤੇਰੇ ਮਗਰ ਲੱਗੇ ਆਏ, ਕੋਈ ਭਾਣਾ ਵਾਪਰ ਗਿਆ ਅਤੇ ਸਾਨੂੰ ਮੁਫ਼ਤ ਦਾ ਤਾਅ ਲੱਗੇਗਾ ਅਤੇ ਅਸੀਂ ਹੱਥ ਜੋੜਦੇ ਹਾਂ ਵੀ ਜਾ ਚਲਿਆ ਜਾ, ਇਹੋ ਕੁਝ ਆਖਿਆ ਹੋਏਗਾ। ਖਰੇ ਹੁੰਦੇ ਆ ਨਾ ਪ੍ਰਬੰਧਕ ਔਰ ਜਿਹੜੇ ਮੋਹਤਬਾਰ ਬੰਦੇ ਹੁੰਦੇ ਪਿੰਡਾਂ ਦੇ। ਬਾਬਾ ਵੀਰ ਸਿੰਘ ਨੇ ਆਖਿਆ ਵੀ ਮੈਂ ਤਾਂ ਚਲਿਆ ਜਾਵਾਂਗਾ ਅਤੇ ਪਿੰਡ ਵੀ ਵੱਸਦਾ ਰਹੇਗਾ, ਇਹਨੂੰ ਤੱਤੀ ਵਾਹ ਨਹੀਂ ਲੱਗੇਗੀ, ਪਰ ਸਭਰਾਵਾਂ ਵਾਲਿਓ ਵੀ ਤੁਹਾਡੀ ਪੰਚਾਇਤ ਦਾ ਇਹੋ ਹਾਲ ਰਹੇਗਾ, ਤੁਸੀਂ ਦੁਰੇ ਦੁਰੇ ਕਰਾਉਂਦੇ ਰਹੋਗੇ। ਉਹ ਸਰਾਪ ਹੈ ਮਹਾਂਪੁਰਖ ਸੰਤ ਬਾਬਾ ਵੀਰ ਸਿੰਘ ਦਾ, ਤਾਂਹੀਓ ਕਲੇ ਕਰੀ ਜਾਂਦੇ। ਸਰਦਾਰ ਸ਼ਾਮ ਸਿੰਘ ਅਟਾਰੀ ਸ਼ਹੀਦ ਹੋ ਗਿਆ ਅਤੇ ਅੱਜ ਵੱਡਾ ਜੋੜ ਮੇਲਾ ਉੱਥੇ ਮਨਾਇਆ ਜਾਂਦਾ ਹੈ। ਐਰਕੀ ਜਦੋਂ ਮੇਲਾ ਮਨਾਉਣ ਲੱਗੇ ਨਾ, ਲਾਲਾ ਲਾਲਾ ਹੋ ਗਈ ਵੀ ਮੇਲਾ ਵੱਡਾ ਮਨਾਉਣਾ। ਮੁੰਡਿਆਂ ਨੇ ਉਦਮ ਕੀਤਾ, ਗ੍ਰਾਹੀ ਵੀ ਕੀਤੀ, ਸਾਰਾ ਕੁਝ, ਪਰ ਜਿਹੜੇ ਟਾਂਗ ਅੜਾਉਣ ਵਾਲੇ ਹੁੰਦੇ ਨਾ, ਚੁੰਝ ਗਿਆਨੀ, ਉਹ ਉਡਾ ਹੀ ਦਿੰਦੇ ਆ। ਉਹਨਾਂ ਨੇ ਆਖਿਆ ਵੀ ਭਾਊ ਲੰਗਰ ਤੁਸੀਂ ਲਾ ਲਓ ਅਤੇ ਸਟੇਜ ਅਸੀਂ ਚਲਾਉਣੀ ਹੈ। ਜਦੋਂ ਐਨ ਪਤਾ ਲੱਗਾ ਨਾ ਕੁਝ ਸਿਆਣੇ ਬੰਦਿਆਂ ਨੂੰ ਵੀ ਕਲੇ ਪੈ ਜਾਣੀ ਹੈ, ਵੱਡੇ ਸਭਰਾਵਾਂ 'ਚ ਇਤਿਹਾਸਕ ਪਿੰਡ ਹੈ, ਇਹ ਮੈਂ ਸੱਚ ਬਿਆਨ ਕਰ ਰਿਹਾ ਹਾਂ, ਉਹਨਾਂ ਨੇ ਇੱਕ 11-12 ਮੈਂਬਰੀ ਆਰਜੀ ਕਮੇਟੀ ਬਣਾ ਤੀ ਮੇਲਾ ਮਨਾਉਣ ਲਈ, ਵੀ ਸੇਵਾ ਜਿਹੜਾ ਮਰਜ਼ੀ ਕਰੇ, ਗਰਾਈ ਜਿਹੜਾ ਮਰਜ਼ੀ ਕਰੇ, ਪਰ ਇਹ ਗੁਰੂ ਘਰ ਹੈ ਵੀ ਇੱਥੇ ਕੋਈ ਐਸਾ ਕਹਿਰ ਨਾ ਵਰਤੇ ਜਿਹਦੇ ਨਾਲ ਕਲੰਕ ਲੱਗ ਜਾਵੇ ਪਿੰਡ ਦੇ ਮੱਥੇ 'ਤੇ। ਅਤੇ ਮੈਂ ਹੈਰਾਨ ਹੁੰਦਾ ਵੀ ਉਹ ਸ਼ਹੀਦੀ ਅਸਥਾਨ ਉਸ ਸੂਰਮੇ ਦਾ ਜਿੱਥੇ ਉਹਨੇ ਆ ਕੇ 10 ਫਰਵਰੀ ਦੀ, ਇਹ 9 ਫਰਵਰੀ ਦੀ ਰਾਤ ਕੱਟੀ ਹੈ, ਅੱਜ ਉੱਥੇ ਕੀ ਕੁਝ ਵਾਪਰਦਾ। ਜਦੋਂ ਮੈਂ ਇਤਿਹਾਸ ਪੜ੍ਹ ਕੇ ਲੱਭਣ ਦਾ ਯਤਨ ਕਰਦਾ ਵੀ ਐਸੀ ਉਲਝਣ ਕਿਉਂ ਪੈਂਦੀ, ਅਤੇ ਫਿਰ ਉਹ ਵਾਕਿਆਤ ਮੇਰੀਆਂ ਨਜ਼ਰਾਂ ਦੇ ਸਾਹਮਣੇ ਆ ਜਾਂਦਾ ਹੈ ਜਦੋਂ ਕਰਮ ਸਿੰਘ ਹਿਸਟੋਰੀਅਨ ਨੇ ਸੱਚ ਲਿਖਿਆ ਵੀ ਇੱਥੇ ਅਸਲ ਵਿੱਚ ਵਾਪਰਿਆ ਕੀ। ਜਦੋਂ ਸਰਦਾਰ ਜੀ ਸ਼ਹੀਦ ਹੋ ਗਏ ਨਾ ਸਾਥੀਆਂ ਦੇ ਸਮੇਤ, ਤੁਹਾਨੂੰ ਪਤਾ ਵੀ ਡੋਗਰਿਆਂ ਨੇ ਪੁਲ ਬੇੜੀਆਂ ਦਾ ਰੋੜ ਦਿੱਤਾ ਸੀ ਵੀ ਕੋਈ ਸਰਦਾਰ ਭੱਜਣਾ ਚਾਹੇ ਤੇ ਭੱਜ ਨਾ ਸਕੇ। ਸਰਦਾਰ ਸ਼ਹੀਦ ਹੋਇਆ, ਦਰਿਆ ਦਾ ਪਾਣੀ ਉੱਚਾ ਹੋ ਗਿਆ। ਵੱਡੀ ਗਿਣਤੀ ਉਹਨਾਂ ਸਰਦਾਰਾਂ ਦੀ ਹੈ ਜਿਹੜੇ ਇਸ ਸਤਲੁਜ ਬਿਆਸ ਦਰਿਆ ਦੇ ਪਾਣੀ ਵਿੱਚ ਡੁੱਬ ਕੇ ਆਪਣੇ ਪ੍ਰਾਣ ਦੇ ਗਏ, ਕਿਉਂਕਿ ਰਸਤਾ ਕੋਈ ਨਹੀਂ ਸੀ ਨਿਕਲਣ ਵਾਸਤੇ, ਇੱਧਰ ਅੰਗਰੇਜ਼ਾਂ ਦੀ ਫੌਜ। ਜਦੋਂ ਫਿਰ ਉਹਨਾਂ ਸਰਦਾਰਾਂ ਦੀਆਂ ਲਾਸ਼ਾਂ ਭਰੀਆਂ ਨੇ, ਉਹ ਕੌੜਾ ਸੱਚ ਹੈ ਵੀ ਜਿਹਨੂੰ ਜ਼ਬਾਨ ਨਹੀਂ ਬਿਆਨ ਕਰ ਸਕਦੀ, ਅੱਜ ਅਸੀਂ ਮੇਲੇ ਮਨਾਉਣੇ ਆ ਔਰ ਜੁੰਡਿਓ ਜੁੰਡੀ ਹੋ ਕੇ। ਇਹਦਾ ਕਾਰਨ ਇੱਕੋ ਹੈ ਵੀ ਸਾਡਾ ਰਵੱਈਆ ਉਦੋਂ ਵੀ ਠੀਕ ਨਹੀਂ ਸੀ ਜਦੋਂ ਸਰਦਾਰ ਸ਼ਹੀਦ ਹੋਇਆ। ਕਰਮ ਸਿੰਘ ਹਿਸਟੋਰੀਅਨ ਕਹਿੰਦਾ ਹੈ ਵੀ ਉਹਨਾਂ ਸਰਦਾਰਾਂ ਦੀਆਂ ਲਾਸ਼ਾਂ ਭਰੀਆਂ, ਉਹ ਕੋਈ ਭੁੱਖੇ ਮਰਦੇ ਮਰ ਨਹੀਂ ਸੀ ਆਏ, ਵੱਡੇ ਵੱਡੇ ਸਰਦਾਰ ਸਨ, ਗਲਾਂ ਵਿੱਚ ਕੈਂਠੇ ਸਨ, ਉਹ ਕਹਿ ਲਈਏ ਸੋਨੇ ਵਿੱਚ ਮੜੇ ਹੋਏ ਰੱਜੇ ਪੁੱਜੇ ਘਰਾਂ ਦੇ। ਵੇਖੋ ਉਹਨਾਂ ਨੇ ਮੌਤ ਕਿਉਂ ਵਰੀ, ਕਾਰਨ ਹੈ ਵੀ ਕੌਮ ਦਾ ਘਰ ਉਜੜ ਰਿਹਾ ਹੈ, ਆਲਣੇ ਦੇ ਕੱਖ ਡਿੱਗ ਪੈਣ ਅਤੇ ਪੰਛੀ ਦੀਆਂ ਧਾਈ ਨਿਕਲਦੀਆਂ, ਅਤੇ ਜਿਹੜੀ ਕੌਮ ਦਾ ਘਰ ਸਿੱਖ ਰਾਜ ਉਜੜ ਰਿਹਾ ਹੋਵੇਗਾ। ਕਿਉਂ ਨਾ ਸਰਦਾਰਾਂ ਦੇ ਕਾਲਜੇ ਪੜਦੇ ਹੋਣਗੇ, ਉਹ ਗੁੱਟਾਂ ਤੇ ਮੌਤ ਦੇ ਗਾਨੇ ਬੰਨ ਕੇ ਮੌਤ ਵਰ ਲਈ ਸਭਰਾਵਾਂ ਦੇ ਮੈਦਾਨੇ ਜੰਗ ਵਿੱਚ। ਉਹਨਾਂ ਦੀਆਂ ਲਾਸ਼ਾਂ ਤਰੀਆਂ ਅਤੇ ਜਿਹੜੇ ਹੁਣ ਮੇਲੇ ਮਨਾਉਂਦੇ ਜੁੰਡੀਓ ਜੁੰਡੀ ਹੁੰਦੇ ਆ ਨਾ, ਪਤਾ ਇਹਨਾਂ ਨੇ ਕੀ ਕੀਤਾ, ਵੱਡੇ ਵੱਡੇ ਵਾਂਝ ਲੈ ਕੇ ਅਤੇ ਦਰਿਆ ਦੇ ਕੰਢੇ 'ਤੇ ਬਹਿ ਗਏ। ਕਰਮ ਸਿੰਘ ਹਿਸਟੋਰੀਅਨ ਕਹਿੰਦਾ ਹੈ, ਮੈਂ ਕੋਲੋਂ ਨਹੀਂ ਕਹਿ ਰਿਹਾ, ਉਹਨਾਂ ਵੰਝਾਂ ਨੂੰ ਕੁੰਡੀਆਂ ਲਾਈਆਂ ਵੱਡੀਆਂ ਵੱਡੀਆਂ, ਅਤੇ ਜਿਹਦੇ ਕੋਲ ਵਾਂਝ ਛੋਟਾ ਨਾ, ਉਹਨੇ 2 ਗੰਢ ਕੇ ਰੱਸਾ ਬੰਨ ਕੇ ਉਹਨੂੰ ਹੋਰ ਲੰਮਾ ਕਰ ਲਿਆ। ਕਰਨਾ ਕੀ ਹੈ ਵੀ ਜਿਹੜੇ ਸਰਦਾਰ ਦੀ ਲਾਸ਼ ਤਰਦੀ ਹੈ ਨਾ, ਵੇਖੋ ਕਿਰਤ ਘਣਤਾ ਸਾਡੇ ਇਲਾਕੇ ਦੇ ਲੋਕਾਂ ਦੀ ਉਸ ਵਕਤ ਦੀ, ਸਰਦਾਰ ਦੀ ਲਾਸ਼ ਤਰਦੀ ਹੈ,
ਉਹਨੂੰ ਕੁੰਡੀ ਪਾ ਕੇ ਪਾਸੇ ਖਿੱਚਿਆ ਜਾਂਦਾ, ਕੰਢੇ 'ਤੇ ਲਿਆਂਦਾ ਜਾਂਦਾ ਹੈ ਅਤੇ ਵੇਖਿਆ ਜਾਂਦਾ ਵੀ ਉਹਦੇ ਗੁੱਟ ਨਾਲ ਸੋਨੇ ਦਾ ਕੜਾ ਹੈ, ਉਹਦੇ ਗਲ ਵਿੱਚ ਕੈਂਠਾ ਹੈ, ਉਹਦੇ ਕਮਰ ਕੱਸੇ ਵਿੱਚ ਕੋਈ ਹਥਿਆਰ ਹੈ, ਰਫਲ ਹੈ, ਪਿਸਟਲ ਹੈ। ਰਫਲਾਂ ਲਾਈਆਂ ਗਈਆਂ ਸਰਦਾਰਾਂ ਦੀਆਂ, ਕੈਂਠੇ ਉਤਾਰੇ ਗਏ ਔਰ ਸੋਨੇ ਦੇ ਗਹਿਣੇ ਉਤਾਰੇ ਗਏ। ਇਹ ਇਤਿਹਾਸ ਹੈ, ਅਸਲ ਸੱਚ ਹੈ ਜੋ ਵਾਪਰਿਆ ਉਸ ਮੌਕੇ 'ਤੇ। ਔਰ ਜਿਹੜੇ ਸੋਨਾ ਉਤਾਰ ਸਕਦੇ ਆ ਸਰਦਾਰਾਂ ਦਾ, ਕੈਂਠੇ ਉਤਾਰ ਸਕਦੇ ਆ, ਰਫਲਾਂ ਉਤਾਰ ਸਕਦੇ ਹੈ। ਅਤੇ ਮੈਂ ਇਹ ਵੀ ਮਹਿਸੂਸ ਕਰਦਾ ਵੀ ਉਹ ਸਰਦਾਰ ਦੀ ਲਾਸ਼ ਨੂੰ ਠੁੱਡ ਮਾਰ ਕੇ ਰੋੜ ਦਿੰਦੇ ਹੋਣਗੇ ਵੀ ਜਾ ਤੁਰਿਆ, ਆਹ ਕੁਝ ਵਾਪਰਿਆ ਹੈ ਜੋ ਇਤਿਹਾਸ ਦੀ ਅਸਲੀ ਤਸਵੀਰ। ਅਸੀਂ ਡਰਦੇ ਹਾਂ ਵੀ ਪੇਸ਼ ਕੀਤੀ ਪਤਾ ਨਹੀਂ ਕੀ ਵਾਪਰ ਜਾਣਾ ਹੈ, ਪਰ ਮੇਰਾ ਦਿਲ ਦੁਖਦਾ ਵੀ ਸਾਨੂੰ ਉਹਨਾਂ ਸ਼ਹੀਦਾਂ ਦੀ ਮਾਰ ਹੀ ਵੱਜ ਗਈ ਹੈ, ਖਾਸ ਕਰਕੇ ਵੱਡੇ ਭਰਾਵਾਂ ਨੂੰ ਜੋ ਅਸੀਂ ਉੱਥੇ ਮੈਂ ਸਮਝਦਾ ਕਲੇਸ਼ਾਂ ਕਰ ਰਹੇ ਹਾਂ, ਲੜਾਈਆਂ ਕਰ ਰਹੇ ਹਾਂ। ਇਹ ਸ਼ਹੀਦੀ ਅਸਥਾਨ 'ਤੇ ਅਰਦਾਸ ਕਰਿਓ ਵਾਹਿਗੁਰੂ ਕਿਰਪਾ ਕਰੇ ਇਹੋ ਜਿਹੇ ਸ਼ਹੀਦਾਂ ਦੀ ਯਾਦ ਦੇ ਅੰਦਰ ਜਦੋਂ ਸਮਾਗਮ ਮਨਾਏ ਜਾਂਦੇ ਹਨ, ਇਕਾਗਰਤਾ ਦੇ ਨਾਲ, ਸ਼ਰਧਾ ਦੇ ਨਾਲ ਸੇਵਾ ਕਰਿਆ ਕਰੋ, ਭਾਵਨਾ ਦੇ ਨਾਲ। ਕਿਤੇ ਵੀ ਕੋਈ ਇਹੋ ਜਿਹਾ ਕਾਰਨ ਨਾ ਵਾਪਰੇ ਜਿਹਦੇ ਨਾਲ ਇਤਿਹਾਸ ਵਿੱਚ ਅਤੇ ਅੱਗੇ ਅਸੀਂ ਦਾਗੀਆਂ ਕਲੰਕਤ ਹੈ, ਕਿਤੇ ਜੋੜ ਮੇਲੇ ਮਨਾਉਂਦੇ ਮਨਾਉਂਦੇ ਵੀ ਅਗਲੀ ਤਵਾਰੀਖ ਨੂੰ ਆਪਾਂ ਕਾਲਿਆ ਨਾ ਕਰੀਏ। ਆਓ ਮੈਂ ਜਿੰਦਾਂ ਦੀ ਚਿੱਠੀ ਤੋਂ ਲੈ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਸ਼ਹੀਦ ਹੋਣ ਤੱਕ ਦੀ ਵਾਰਤਾ ਆਪ ਜੀ ਦੇ ਮੁਕੱਦਸ ਕਰ ਕਮਲਾਂ 'ਚ ਬਿਆਨ ਕਰਨੀ ਚਾਹੁੰਦਾ ਹੈ। ਜਿੰਦਾਂ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਯਾਦ ਕੀਤਾ, ਕਾਰਨ ਹੈ ਮੁਦਕੀ ਦੀ ਜੰਗ, ਫੇਰੂ ਦੀ ਜੰਗ, ਇਹ ਸਰਦਾਰ ਹਾਰ ਗਏ ਸਨ। ਤੇਜਾ ਸਿੰਘ ਅਤੇ ਲਾਲ ਸਿੰਘ ਦੇ ਹੱਥਾਂ ਦੇ ਵਿੱਚ ਕਮਾਨ ਸੀ, ਇਹ ਡੋਗਰੇ ਸਨ, ਜੰਮੂ ਵੱਲ ਦੇ ਬ੍ਰਾਹਮਣ ਪਰਿਵਾਰਾਂ ਦੇ ਨਾਲ ਇਹਨਾਂ ਦਾ ਸੰਬੰਧ ਸੀ, ਅੰਗਰੇਜ਼ ਦੇ ਨਾਲ ਇਹਨਾਂ ਨੇ ਅਹਿਦ ਕਰ ਲਿਆ, ਸਾਨੂੰ ਜਗੀਰਾਂ ਦੇ ਦੀ, ਅਸੀਂ ਸੈਨਾਪਤੀ ਹਾਂ ਸਿੱਖਾਂ ਦੀ ਕੌਮ ਦੇ, ਮਰਵਾ ਦਿਆਂਗੇ ਸਿੱਖਾਂ ਨੂੰ ਤੇਰੇ ਸਾਹਮਣੇ ਡਾਕ ਇਹਨੇ ਹੱਥੇ। ਜਦੋਂ ਵੀ ਸਿੱਖ ਲੜਾਈ ਜਿੱਤਣ ਲੱਗਦੇ ਸਨ ਇਹਨਾਂ ਦਾ ਰਵੱਈਆ ਕਿੱਡਾ ਮਾੜਾ ਹੈ, ਇਹ 60-60 ਸਰਦਾਰਾਂ ਦੀਆਂ ਤੋਪਾਂ ਲੈ ਕੇ ਮੈਦਾਨੇ ਜੰਗ ਵਿੱਚੋਂ ਦੌੜ ਜਾਂਦੇ ਰਹੇ, ਮੁਦਕੀ ਵਿੱਚ ਇਵੇਂ ਵਾਪਰਿਆ, ਫੇਰੂ ਵਿੱਚ ਇਵੇਂ ਵਾਪਰਿਆ, ਅੰਗਰੇਜ਼ ਦੇ ਆਹੂ ਲਾਏ ਸਨ ਸਰਦਾਰਾਂ, ਪਰ ਜਦੋਂ ਆਗੂ ਗਦਾਰੀ ਕਰ ਜਾਣ, ਆਗੂ ਧੋਖਾ ਕਰ ਦੇਣ, ਅਤੇ ਯਾਦ ਰੱਖੋ ਬਹਾਦਰ ਕੌਮਾਂ ਦਾ ਵੀ ਉਦੋਂ ਕੱਖ ਨਹੀਂ ਵੱਟਿਆ ਜਾਂਦਾ, ਸਰਦਾਰਾਂ ਦੀ ਕੌਮ ਸੀ, ਅਣਖੀਲੇ ਜਰਨੈਲ ਸਨ, ਨਿਤਨੇਮੀ ਸਰਦਾਰ, ਪੰਜ ਬਾਣੀਆਂ ਪੜ੍ਹਨ ਵਾਲੇ ਗੁਰੂ ਕੇ ਲਾਲ, ਜੰਗੀ ਬਿਗਲ ਵੱਜਦਾ ਅਤੇ ਤਲੀ 'ਤੇ ਸਿਰ ਰੱਖ ਕੇ ਬਾਬੇ ਦੀਪ ਸਿੰਘ ਦੇ ਵਾਰਸ ਬਣ ਕੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਉਹਨਾਂ ਦੇ ਨਾਲ ਆਗੂਆਂ ਨੇ, ਕਮਾਂਡਰਾਂ ਨੇ ਦਗੇਬਾਜ਼ੀ ਕੀਤੀ ਹੈ, ਧੋਖਾ ਕੀਤਾ, ਫਰੇਬ ਕੀਤਾ ਹੈ, ਮੁਦਕੀ ਔਰ ਫੇਰੂ ਦੀ ਹਾਰ ਹੋਈ। ਜਿੰਦ ਕੌਰਾਂ ਨੂੰ ਖਬਰਾਂ ਮਿਲੀਆਂ, ਜਿਹੜੀ ਲਾਹੌਰ ਦਰਬਾਰ ਦੇ ਉਸ ਵਕਤ ਮਲਕਾ ਹੈ, ਉਦੋਂ ਮਹਾਰਾਜਾ ਰਣਜੀਤ ਸਿੰਘ ਵੀ ਚੱਲ ਵਸਿਆ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲਵੇ ਵਰਗੇ ਜੋ ਅਣਖੀ ਜਰਨੈਲ ਸਨ, ਖੈਰ ਖਾਂ ਸਨ ਲਾਹੌਰ ਦਰਬਾਰ ਦੇ, ਉਹ ਦੁਨੀਆਂ 'ਤੇ ਨਾ ਰਹੇ, ਸੋਚਾਂ ਦੇ ਸਾਗਰ ਵੀ ਡੁੱਬ ਗਈ ਮਹਾਰਾਣੀ ਜਿੰਦਾ, ਵੀ ਕੌਮ ਦਾ ਘਰ ਅੱਖਾਂ ਦੇ ਸਾਹਮਣੇ ਬਰਬਾਦ ਹੋ ਰਿਹਾ ਹੈ, ਬੱਚਾ ਮਾਸੂਮ ਹੈ ਦਲੀਪ ਸਿੰਘ, ਅਜੇ ਤੇਗ ਲੈ ਕੇ ਮੈਦਾਨੇ ਜੰਗ ਵਿੱਚ ਜਾ ਕੇ ਇਹ ਲੜਨ ਜੋਗਾ ਨਹੀਂ, ਹੁਣ ਕਿਹੜਾ ਸਰਦਾਰ ਜਿਹਨੂੰ ਬਿਪਤਾ ਦੇ ਵਕਤ ਯਾਦ ਕੀਤਾ ਜਾਏ। ਉਦੋਂ ਚੇਤਾ ਆਇਆ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦਾ, ਆਪਣੇ ਦਿਲ ਦੀਆਂ ਸਦਰਾਂ ਨੂੰ ਦੇਖ ਕੇ ਸ਼ਬਦਾਂ ਦਾ ਰੂਪ ਹੈ, ਫਿਰ ਤੱਕੋ ਮਹਾਰਾਣੀ ਜਿੰਦ ਕੌਰਾਂ ਦੇ ਬੁੱਢੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਵੱਲ ਇੱਕ ਚਿੱਠੀ ਇਉਂ ਲਿਖੀ ਹੈ, ਸ਼ਾਮ ਸਿੰਘ ਸਰਦਾਰ ਨੂੰ ਚਿੱਠੀ ਲਿਖਦੀ ਏ ਜਿੰਦਾ ਰਾਣੀ, ਸਿੱਖ ਕੌਮ ਦੀਆਂ ਆਸਾਂ ਉੱਪਰ ਫਿਰ ਚੱਲਿਆ ਏ ਪਾਣੀ, ਬੇੜੀ ਸਿੱਖ ਰਾਜ ਦੀ ਡੁੱਬਦੀ ਦਿਸਦਾ ਨਹੀਂ ਕਿਨਾਰਾ, ਦੇਸ਼ ਕਿਰੇ ਨੂੰ ਖਤਰਾ ਹੋ ਗਿਆ ਸ਼ਾਮ ਸਿੰਘਾ ਸਰਦਾਰਾ, ਓ ਸ਼ਾਮ ਸਿੰਘ ਸਰਦਾਰ ਨੂੰ ਚਿੱਠੀ ਲਿਖਦੀ ਏ ਜਿੰਦਾ ਰਾਣੀ, ਸਿੱਖ ਕੌਮ ਦੀਆਂ ਆਸਾਂ ਉੱਪਰ ਫਿਰ ਚੱਲਿਆ ਏ ਪਾਣੀ, ਬੇੜੀ ਸਿੱਖ ਰਾਜ ਦੀ ਡੁੱਬਦੀ ਦਿਸਦਾ ਨਹੀਂ ਕਿਨਾਰਾ, ਦੇਸ਼ ਤੇਰੇ ਨੂੰ ਖਤਰਾ ਹੋ ਗਿਆ ਸ਼ਾਮ ਸਿੰਘਾ ਸਰਦਾਰਾ, ਓ ਫੇਰੂ ਤੇ ਮੁਦਕੀ ਵਿੱਚ ਡਟ ਕੇ ਬਹੁਤ ਲੜਾਈ ਹੋਈ, ਤੇਜਾ ਸਿੰਘ ਤੇ ਲਾਲੂ ਦੋਵੇਂ ਬਣ ਗਏ ਵਤਨ ਧਰੋਈ, ਦੱਸਿਆ ਮੈਨੂੰ ਸੂਈ ਆ ਕੇ ਤੇ ਹਾਲ ਖੋਲ ਕੇ ਸਾਰਾ, ਦੱਸਿਆ ਮੈਨੂੰ ਸੂਈ ਆ ਕੇ ਹਾਲ ਖੋਲ
ਲੋਕੀ ਸਾਰਾ ਦੇਖ ਤੇਰੀ ਨੂੰ ਖਤਰਾ ਹੋ ਗਿਆ ਸ਼ਾਮ ਸਿੰਘਾ ਸਰਦਾਰਾ ਸ਼ੇਰਾਂ ਦੇ ਦਰਵਾਜੇ ਅੱਗੇ ਗਿੱਦੜ ਜੱਲੀਆਂ ਪਾਉਂਦੇ ਉਲਟੀ ਵਾਰ ਖੇਤ ਨੂੰ ਖਾਂਦੀ ਰਾਖੇ ਘਰ ਲਟਵਾਉਂਦੇ ਅੱਜ ਦਾ ਵੇਲਾ ਖੁੰਝਿਆ ਹੱਥ ਚੋਂ ਆਉਣਾ ਨਹੀਂ ਦੁਬਾਰਾ ਦੇਸ਼ ਤੇਰੇ ਨੂੰ ਖਤਰਾ ਹੋ ਗਿਆ ਸ਼ਾਮ ਸਿੰਘਾ ਸਰਦਾਰਾ ਲੱਖਾਂ ਜਾਨਾਂ ਵਾਰ ਕੇ ਮਰਦਾ ਤੁਸਾਂ ਜੋ ਲਈ ਆਜ਼ਾਦੀ ਵਤਨ ਧਰੋਈ ਰਲ ਕੋਰੇ ਨਾਲ ਕਰੀ ਜਾਨ ਬਰਬਾਦੀ ਲਹਿੰਦੀ ਪਗੜਾ ਜੀਤ ਦੀ ਦਿਸਦੀ ਰੱਖਣ ਕਰਕੇ ਚਾਰਾ ਦੇਸ਼ ਤੇਰੇ ਨੂੰ ਖਤਰਾ ਹੋ ਗਿਆ ਸ਼ਾਮ ਸਿੰਘਾ ਸਰਦਾਰਾ ਅਜੇ ਤਾਂ ਕਬਰ ਦਲੀਪ ਵਿਚਾਰਾ ਬਿਲਕੁਲ ਦਿਸੇ ਨਿਆਣਾ ਅਜੇ ਤਾਂ ਕਬਰ ਦਲੀਪ ਵਿਚਾਰਾ ਬਿਲਕੁਲ ਦਿਸੇ ਨਿਆਣਾ ਕਿਸ ਨੂੰ ਭੇਜਾ ਰੋਕਣ ਬਦਲੇ ਮੈਂ ਚੜਿਆ ਜ਼ੁਲਮੀ ਦਾਣਾ ਹਾਰਦ ਮੇਰੇ ਅੱਜ ਜਿੰਦਾ ਨੂੰ ਮਾਰਿਆ ਜੱਗ ਸਾਰਾ ਦੇ ਤੇਰੇ ਨੂੰ ਖਤਰਾ ਹੋ ਗਿਆ ਸ਼ਾਮ ਸਿੰਘਾ ਸਰਦਾਰਾ ਫੂਲਾ ਸਿੰਘ ਅਕਾਲੀ ਸਮੇਂ ਤੋਂ ਪਹਿਲਾਂ ਖਾਲਾ ਮੌਤ ਨੇ ਸਿੱਖ ਰਾਜ ਦਾ ਵਾਲੀ ਹੁੰਦਾ ਅਜਿਰਨ ਜੀਤ ਜਿਉਂਦਾ ਚੜਦਾ ਮਾਰ ਨਗਾਰਾ ਦੇਸ਼ ਤੇਰੇ ਨੂੰ ਖਤਰਾ ਹੋ ਗਿਆ ਸ਼ਾਮ ਸਿੰਘਾ ਸਰਦਾਰਾ ਇੱਕੋ ਇੱਕ ਜਿਰਨੈ ਜਗਤ ਵਿੱਚ ਦਿਸਦਾ ਸ਼ੇਰ ਅਤਾਰੀ ਇੱਕੋ ਇੱਕ ਜਰਨੈਲ ਜਗਤ ਵਿੱਚ ਦਿਸਦਾ ਸ਼ੇਰ ਅਤਾਰੀ ਖਾ ਕੇ ਕਸਮ ਪੰਜਾਬ ਦੀ ਮਰਦਾ ਤੂੰ ਚੜ ਭੁਖਾ ਇੱਕ ਵਾਰੀ ਸ਼ਹੀਦਾਂ ਦੀ ਵਸਤੀ ਦਾ ਸੁਣਿਆ ਸ਼ਹੀਦਾਂ ਦੀ ਵਸਤੀ ਦਾ ਸੁਣਿਆ ਸਿਰ ਤੋਂ ਪਰੇ ਦੁਮਾਰਾ ਦੇ ਤੇਰੇ ਨੂੰ ਖਤਰਾ ਹੋ ਗਿਆ ਸ਼ਾਮ ਸਿੰਘਾ ਸਰਦਾਰਾ ਸਰਦਾਰ ਬਲਦੇਵ ਸਿੰਘ ਜੀ ਫੌਜੀ ਸਾਹਿਬ ਸਾਡੇ ਸੰਬੰਧੀ ਰਿਸ਼ਤੇਦਾਰ ਨੇ ਮੇਜਰ ਸੋਨ ਦੇ 500 ਦਾ ਬੜਾ ਪਿਆਰ ਉਹਨਾਂ ਵੱਲੋਂ ਪਹੁੰਚਿਆ ਬਹੁਤ ਬਹੁਤ ਧੰਨਵਾਦ ਸਰਦਾਰ ਸੁਖਦੇਵ ਸਿੰਘ ਜੀ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਹਾਜ਼ਰੀ ਦਰ ਪ੍ਰਵਾਨ ਕਰਨ ਚੜ੍ਹਦੀ ਕਲਾ ਦੀ ਦਾਤ ਦੇਣ ਸਮੁੱਚੇ ਸਟੇਜ 'ਤੇ ਬੈਠੇ ਜ਼ਿੰਮੇਵਾਰ ਸਿੰਘਾਂ ਵੱਲੋਂ ਸੀਸਾਂ ਪਿਆਰ ਮਹਾਂਪੁਰਖਾਂ ਵੱਲੋਂ ਪਿਆਰ ਪਹੁੰਚਿਆ ਬਾਬਾ ਸ਼ਿੰਦਰ ਸਿੰਘ ਸਾਹਿਬ ਜੀ ਆਪ ਜਾਣਦੇ ਹੋ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਬਾਬਾ ਅਵਤਾਰ ਸਿੰਘ ਜੀ ਚੰਦ ਮਖੂ ਵਾਲੇ ਬੈਠੇ ਨੇ ਉਹਨਾਂ ਵੱਲੋਂ ਪਿਆਰ ਗਿਆਨੀ ਆਤਮਾ ਸਿੰਘ ਸਾਹਿਬ ਜੀ ਬਾਬਾ ਚਰਨਜੀਤ ਸਿੰਘ ਸਾਹਿਬ ਜੀ ਸਾਰੇ ਸਿੰਘਾਂ ਵੱਲੋਂ ਰਜਵੀਆਂ ਪਿਆਰ ਭਰੀਆਂ ਸੀਸਾਂ ਕਥਾਵਾਚਕ ਗਿਆਨੀ ਹਰਪ੍ਰੀਤ ਸਿੰਘ ਜੀ ਅਲਗੋਂ ਵਾਲੇ ਉਹਨਾਂ ਵੱਲੋਂ ਵੀ ਪਿਆਰ ਹਾਜ਼ਰ ਹੈ ਨਿਰਮਲ ਸਿੰਘ ਜੀ ਮਾਇਆ ਭੇਜਦੇ ਨੇ ਹਰਭਜਨ ਸਿੰਘ ਜੀ ਮਾਇਆ ਭੇਜਦੇ ਨੇ ਹੋਰ ਵੀ ਪ੍ਰਕਾਸ਼ ਸਿੰਘ ਜੀ ਕਵੀਸ਼ਰ ਪ੍ਰਕਾਸ਼ ਸਿੰਘ ਪਾਰਸ ਉਹਨਾਂ ਵੱਲੋਂ ਸੌ ਦੰਬੜਾ ਹਾਜ਼ਰ ਹੈ ਪਿਆਰੇ ਵੀਰ ਭਾਜੀ ਗੁਲਜ਼ਾਰ ਸਿੰਘ ਜੀ ਫਤਿਹਗੜ੍ਹ ਸਭਰਾਵਾਂ ਉਹਨਾਂ ਵੱਲੋਂ ਰਜਵਾ ਮਾਨ ਮਾਇਆ ਦੇ ਰੂਪ ਵਿੱਚ ਭੇਜਿਆ ਗਿਆ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਹੈ ਮੈਂ ਪੜ੍ਹ ਰਿਹਾ ਸਾਂ ਇਤਿਹਾਸ ਜਦੋਂ ਦੁਨੀ ਚੰਦ ਮਸੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥ ਛੱਡ ਕੇ ਲੋਹਗੜ੍ਹ ਦੇ ਕਿਲੇ ਵਿੱਚੋਂ ਭੱਜਿਆ ਮੌਤ ਤੋਂ ਡਰਦਾ ਨਿਕਲਿਆ ਸੀ ਅਤੇ ਮਹਾਰਾਜ ਨੇ ਆਖਿਆ ਕੋਈ ਗੱਲ ਨਹੀਂ ਜਿਹੜੀ ਮੌਤ ਤੋਂ ਡਰਦਾ ਬੰਦਾ ਭੱਜਿਆ ਇਹਨਾਂ ਮੌਤ ਨੇ ਖਹਿੜਾ ਨਹੀਂ ਛੱਡਣਾ ਕਰ ਗਿਆ ਗੁਰੂ ਤੋਂ ਬੇਮੁੱਖ ਹੋ ਗਿਆ ਸੱਪ ਲੜ ਕੇ ਦੁਨੀ ਚੰਦ ਦੀ ਮੌਤ ਹੋਈ ਵੇਖੋ ਫਿਰ ਦੁਨੀ ਚੰਦ ਬੇਮੁੱਖ ਹੋ ਗਿਆ ਗੁਰੂ ਨਾਲ ਉਹ ਸੰਬੰਧ ਟੁੱਟ ਗਿਆ ਪਰ ਜਿਹੜੇ ਉਹਦੇ ਘਰ ਵਿੱਚ ਪੈਦਾ ਹੋਏ ਨਾ ਉਹ ਚੰਗੇ ਗੁਣੀ ਸਨ ਉਹਦੇ ਦੋ ਪੋਤਰਿਆਂ ਦਾ ਜ਼ਿਕਰ ਸਿੱਖ ਤਵਾਰੀਖ ਕਰਦੀ ਹੈ ਅਨੂਪ ਸਿੰਘ ਅਤੇ ਸਰੂਪ ਸਿੰਘ ਹੈ ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਵੀ ਸਾਡਾ ਦਾਦਾ ਉਹਨੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਸਾਥ ਛੱਡਿਆ ਅਤੇ ਮਹਾਰਾਜ ਦਾ ਬਚਨ ਹੈ ਵੀ ਬੇਮੁੱਖ ਹੋ ਕੇ ਨਰਕਾਂ ਨੂੰ ਜਾਏਗਾ ਅਤੇ ਵੱਡਾ ਦਾਗ ਲਵਾ ਦਿੱਤਾ ਉਹਨੇ ਸਾਡੇ ਮੱਥੇ ਦੇ ਉੱਤੇ
ਉਹਨਾਂ ਦਵਾਂ ਜਾਣਿਆਂ ਸਨ ਕਿ ਅਸੀਂ ਇਸ਼ਨਾਨ ਕੀਤਾ ਹੈ, ਗੁਰੂ ਚਰਨਾਂ ਵਿੱਚ ਗਏ ਔਰ ਦਾਦੇ ਦੀ ਭੁੱਲ ਦੀ ਖਿਮਾ ਪੋਤਰਿਆਂ ਨੇ ਮੰਗੀ, ਇਤਿਹਾਸ ਗਵਾਹੀ ਦਿੰਦਾ ਹੈ। ਤੇ ਜਿਹੜੇ ਸਰਦਾਰਾਂ ਦੀਆਂ ਲਾਸ਼ਾਂ ਕੱਢ ਕੱਢ ਕੇ ਕੈਂਠੇ ਲਾਉਂਦੇ ਸਨ, ਰਫਲਾਂ ਲਾਉਂਦੇ ਸਨ, ਉਹਨਾਂ ਨੇ ਫਿਰ ਅੱਗੇ ਪਤਾ ਕੀ ਕੀਤਾ, ਉਹਨਾਂ ਨੇ 5-5 ਰੁਪਈਏ ਦੀ ਇੱਕ ਸਰਦਾਰਾਂ ਦੀ ਲੱਥੀ ਹੋਈ ਰਫਲ ਸਾਡੇ ਸਭਰਾਵਾਂ ਤੇ ਆ ਟਾਏ ਵਾਲੇ ਪਿੰਡਾਂ ਦੇ ਵਿੱਚ ਉਹਨਾਂ ਜਰਨੈਲਾਂ ਦੀ ਇੱਕ ਇੱਕ ਰਫਲ 5-5 ਰੁਪਈਆਂ ਦੀ ਵੇਚੀ। ਤੇ ਜਦੋਂ ਬਹਿੰਦੇ ਉਹਨਾਂ ਗੁਰੂ ਦੀ ਗੋਦ ਵਿੱਚ, ਇਤਿਹਾਸ ਸੁਣ ਕੇ ਜਕਾਰੇ ਵੀ ਛੱਡਿਆ ਕਰੋ, ਕਿਉਂਕਿ ਇਹ ਵੀ ਇੱਕ ਆਪਾਂ ਸ਼ਰਧਾ ਅਰਪਿਤ ਕਰਦੇ ਹਾਂ, ਪਰ ਹਿਰਦਿਓਂ ਅਰਦਾਸ ਕਰਿਆ ਕਰੋ ਵੀ ਜਿਹੜੀ ਭੁੱਲ ਕਿਤੇ ਗਾਹੇ ਬਗਾਏ ਸਾਡੇ ਵੱਡਿਆਂ ਤੋਂ ਹੋਈ ਹਨ, ਗੁਰੂ ਪਾਤਸ਼ਾਹ ਬਖਸ਼ਦੀ, ਆਪਾਂ ਸ਼ਹੀਦਾਂ ਦੀ ਗੋਦ ਵਿੱਚ ਬੈਠੇ ਹਾਂ, ਵਾਹਿਗੁਰੂ ਭਲਾ ਕਰੇ, ਸੱਚੇ ਪਾਤਸ਼ਾਹ ਮਿਹਰਾਂ ਕਰਨ, ਸਾਡੀ ਸ਼ਰਧਾ ਹੋਰ ਪੱਕੀ ਬਣੇ ਇਹਨਾਂ ਸਥਾਨਾਂ ਦੇ ਨਾਲ, ਕਿਉਂਕਿ ਜਿੱਥੇ ਅਸੀਂ ਯਾਦ ਮਨਾਉਣੀਆਂ ਨਾ ਉੱਥੇ ਸ਼ਹੀਦ ਦੀ ਕਰਨੀ ਵੀ ਆਪਾਂ ਚੇਤਨਾ 'ਚ ਰੱਖਣੀ ਹੈ, ਅਤੇ ਆਪਦੇ ਵੱਡਿਆਂ ਦੀ ਉਹ ਕਾਰਗੁਜ਼ਾਰੀ ਉਹਨੂੰ ਵੀ ਆਪਾਂ ਭੁੱਲਣਾ ਨਹੀਂ, ਉਹਦੀ ਖਿਮਾ ਮੰਗਿਆ ਕਰੋ, ਵਾਹਿਗੁਰੂ ਭਲੀ ਕਰਨਗੇ। ਸ਼ਾਮ ਸਿੰਘ ਅਟਾਰੀ ਵਾਲਾ ਜਿੰਦਾ ਚਿੱਠੀ ਲਿਖਦੀ ਹੈ, ਬੁੱਢੇ ਜਰਨੈਲ ਨੂੰ ਅੱਜ ਲੋੜ ਹੈ ਮੈਦਾਨੇ ਜੰਗ ਵਿੱਚ, ਅੱਜ ਮੈਂ ਪੜ੍ਹ ਰਿਹਾ ਹਾਂ ਇਤਿਹਾਸ ਰਾਣੀ ਜਿੰਦਾ ਦਾ, ਯਾਦ ਰੱਖੋ ਉਸ ਵਕਤ ਜਦੋਂ ਜਿੰਦਾ ਪੱਤਰਿਕਾ ਲਿਖਦੀ ਹੈ ਉਦਾਸ ਸੀ, ਗਮੀਆਂ ਦੇ ਸਾਗਰ ਵੀ ਡੁੱਬੀ ਹੋਈ, ਕਾਰਨ ਹੈ ਲਾਹੌਰ ਦਰਬਾਰ ਦਾ ਜਿਹੜਾ ਖੈਰ ਖਾਂ ਸਰਦਾਰ ਹੈ ਮਹਾਰਾਜਾ ਰਣਜੀਤ ਸਿੰਘ ਹੈ, ਜਿਹਨੇ 40 ਸਾਲ ਸੁਚੱਜਾ ਰਾਜ ਕੀਤਾ, ਉਹਦੇ ਰਾਜ ਅੰਦਰ ਨਾ ਡਾਕਾ ਵੱਜਾ, ਨਾ ਧਾੜਾ ਵੱਜਾ, ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ, ਨਾ ਕਿਸੇ ਧਾਰਮਿਕ ਅਸਥਾਨ ਦੀ ਤੋਹੀਨ ਹੋਈ, ਔਰ ਨਾ ਹੀ ਉਹਦੇ ਰਾਜ ਦੇ ਅੰਦਰ ਕਦੇ ਬਲਾਤਕਾਰ ਹੋਇਆ, ਔਰ ਨਾ ਹੀ ਉਹਦੇ ਰਾਜ ਦੇ ਅੰਦਰ ਜਿੰਨਾ ਚਿਰ ਸ਼ੇਰੇ ਪੰਜਾਬ ਨੇ ਰਾਜ ਕੀਤਾ ਕਦੇ ਕਿਸੇ ਨੂੰ ਫਾਂਸੀ ਦੀ ਸਜ਼ਾ ਮਿਲੀ। ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਮਨ ਨੂੰ ਲੱਕ ਟੁੱਟ ਗਿਆ, ਹਰੀ ਸਿੰਘ ਨਲੂਏ ਵਰਗੇ ਜਰਨੈਲ, ਅਕਾਲੀ ਫੂਲਾ ਸਿੰਘ ਵਰਗੇ ਜਰਨੈਲ ਹੈ, ਉਹ ਵੀ ਲਾਹੌਰ ਦਰਬਾਰ ਦੇ ਵਿਸਤਾਰ ਦੀ ਖਾਤਰ ਕੁਰਬਾਨੀ ਕਰਕੇ ਜਾਮੇ ਸ਼ਹਾਦਤ ਪੀ ਗਏ। ਜਿੰਦਾਂ ਦਾ ਜੀਵਨ ਪੜ੍ਹ ਕੇ ਵੇਖੋ, ਭਰੇ ਹੋਏ ਮਨ ਨਾਲ ਉਹ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਯਾਦ ਕਰਦੀ ਹੈ। ਇੱਥੇ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ ਲਾਹੌਰ ਦਰਬਾਰ ਦੇ ਨਾਲ ਸ਼ਾਮ ਸਿੰਘ ਅਟਾਰੀ ਵਾਲੇ ਦੀ ਅੰਤਾਂ ਦੀ ਹੋਵੇ ਸਾਂਝ, ਅਤੇ ਮਹਾਰਾਣੀ ਜਿੰਦ ਕੌਰਾਂ ਨੂੰ ਬਿਪਤਾ ਦੇ ਮੌਕੇ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਚਿੱਠੀ ਲਿਖ ਕੇ ਸੱਦਣਾ ਪਏ ਦਾ ਕਾਰਨ ਕੀ ਹੈ? ਜਦੋਂ ਇਤਿਹਾਸ ਦੀ ਬੁੱਕਲ ਖੋਲਦੇ ਹਾਂ ਅਤੇ ਉਸ ਵਕਤ ਸਾਨੂੰ ਝਾਤੀ ਮਾਰਨੀ ਚਾਹੀਦੀ ਹੈ ਗੌਰ ਨਾਲ ਸਿੱਖ ਤਵਾਰੀਖ ਦੇ ਪੰਨਿਆਂ 'ਤੇ, ਜਦੋਂ ਮਹਾਰਾਜਾ ਰਣਜੀਤ ਸਿੰਘ ਅੰਤਮ ਸਵਾਸਾਂ 'ਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਹੈ। ਵੇਖੋ, ਧਿਆਨ ਸਿੰਘ ਡੋਗਰਾ ਕੋਲ ਖਲੋਤਾ ਸੀ, ਸ਼ਾਮ ਸਿੰਘ ਅਟਾਰੀ ਦੀ ਸਾਂਝ ਹੈ ਮਹਾਰਾਜਾ ਰਣਜੀਤ ਸਿੰਘ ਦੇ ਟੱਬਰ ਦੇ ਨਾਲ, ਉਹਦੀ ਫੌਜ ਵਿੱਚ ਉਹ ਜਰਨੈਲ ਸੀ, ਸਰਦਾਰ ਦੀ ਧੀ ਨਾਨਕੇ ਕੌਰ ਨੌ ਨਿਹਾਲ ਸਿੰਘ ਦੇ ਨਾਲ ਲਾਹੌਰ ਦਰਬਾਰ ਦੇ ਅੰਦਰ ਵਿਆਹੀ ਹੋਈ ਹੈ। ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਹੈ ਸ਼ਹਿਜਾਦਾ ਖੜਕ ਸਿੰਘ, ਉਹਦੀ ਨੂੰਹ ਰਾਣੀ ਰਾਣੀ ਚੰਦ ਕੌਰ ਹੈ, ਔਰ ਉਹਦਾ ਸਪੁੱਤਰ ਹੈ ਕੰਵਰ ਨੌ ਨਿਹਾਲ ਸਿੰਘ, ਜਿਹਦਾ ਐਨ ਚਾਵਾਂ ਮਲਾਰਾਂ ਦੇ ਨਾਲ ਕਦੇ ਮਹਾਰਾਜਾ ਰਣਜੀਤ ਸਿੰਘ ਨੇ ਆਪਦੀ ਜ਼ਿੰਦਗੀ ਵਿੱਚ ਵਿਆਹ ਕੀਤਾ ਹੈ। ਕਦੇ ਸਿੱਖ ਰਾਜ ਦਾ ਇਤਿਹਾਸ ਪੜ੍ਹੋਗੇ, ਜਿੱਡਾ ਵੱਡਾ ਵਿਆਹ ਕੰਵਰ ਨੌ ਨਿਹਾਲ ਸਿੰਘ ਦਾ ਔਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਪੁੱਤਰੀ ਨਾਨਕੀ ਦਾ ਹੋਇਆ, ਅਜੇ ਤੱਕ ਹਿੰਦੁਸਤਾਨ ਦੇ ਇਤਿਹਾਸ ਅੰਦਰ ਵਿਆਹ ਉੱਤੇ ਬੱਚਿਆਂ ਦੇ ਉੱਪਰ ਨਾਉਣ ਦੇ ਮੌਕੇ ਕਿਸੇ ਵੀ ਮਾਪੇ ਨੇ ਜਾਂ ਪਿਤਾ ਨੇ ਜਾਂ ਮਾਂ ਨੇ ਆਪਣੇ ਬੱਚਿਆਂ ਨੂੰ ਵਿਆਹੁਣ ਦੀ ਖੁਸ਼ੀ ਦੇ ਮੌਕੇ ਇੰਨਾ ਖਰਚਾ ਨਹੀਂ ਕੀਤਾ। 5 ਲੱਖ ਬਰਾਤ ਲੈ ਕੇ ਮਹਾਰਾਜਾ ਰਣਜੀਤ ਸਿੰਘ ਵਿਆਹੁਣ ਗਿਆ ਕੰਵਰ ਨੌ ਨਿਹਾਲ ਸਿੰਘ ਨੂੰ, ਔਰ ਜਿਹੜੀ ਜੰਜ ਸੀ ਉਹਦੇ ਸਵਾਗਤ ਵਾਸਤੇ ਅਹੁਦਿਆਂ ਮੁਤਾਬਕ ਸੋਨੇ ਤੇ ਚਾਂਦੀ ਦੀਆਂ ਕੁਰਸੀਆਂ ਡਾ ਕੇ ਬੁੱਢੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਬੱਚੀ ਦੇ ਵਿਆਹ ਦੇ ਮੌਕੇ ਬਰਾਤ ਦਾ ਸਵਾਗਤ ਕੀਤਾ ਹੈ। ਵੇਖੋ, ਉਦੋਂ ਸਿੱਖ ਰਾਜ ਦਾ ਸੂਰਜ ਸਿਖਰਾਂ ਤੇ, ਸਰਦਾਰ ਦੀ ਧੀ ਲਾਹੌਰ ਦਰਬਾਰ ਵਿਆਹੀ ਹੈ, ਕੁੜਮਾਚਾਰੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਸ਼ਹਿਜਾਦੇ ਦੇ ਨਾਲ ਸਰਦਾਰ ਦੇ। ਹੁਣ ਸ਼ਾਮ ਸਿੰਘ ਅਟਾਰੀ ਵਾਲਾ ਗਿਆ ਤੇ ਧਿਆਨ ਸਿੰਘ ਡੋਗਰੇ ਨੇ ਕਹਿ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੂੰ, ਐ ਬਾਦਸ਼ਾਹ, ਸ਼ਾਮ ਸਿੰਘ ਅਟਾਰੀ ਵਾਲਾ ਛੇਤੀ ਛੇਤੀ ਲਾਹੌਰ ਗੇੜਾ ਮਾਰਦਾ ਹੈ, ਕਿ ਤੂੰ ਜਾਣਦਾ ਵੀ ਇਹਦੀ ਆਮਦ ਦਾ ਕਾਰਨ ਕੀ ਹੈ? ਬਾਦਸ਼ਾਹ ਬਿਮਾਰ ਸੀ, ਜਦੋਂ ਉਹਦੇ ਕੰਨਾਂ 'ਚ ਧਿਆਨ ਸਿੰਘ ਦੀ ਗੱਲ ਪਈ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ, ਰਾਜਾ ਧਿਆਨ ਸਿੰਘ, ਰਾਜਿਆਂ ਦੇ ਲਕਬ ਦਿੱਤੇ ਸਨ ਸਤਿਕਾਰ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਡੋਗਰਿਆਂ ਨੂੰ, ਕਹਿਣ ਲੱਗਾ ਬਾਦਸ਼ਾਹ, ਰਾਜਾ ਧਿਆਨ ਸਿੰਘ, ਮੈਨੂੰ ਨਹੀਂ ਪਤਾ ਸ਼ਾਮ ਸਿੰਘ ਅਟਾਰੀ ਵਾਲਾ ਛੇਤੀ ਲਾਹੌਰ ਗੇੜੇ ਤੇ ਗੇੜਾ ਕਿਉਂ ਮਾਰਦਾ ਹੈ। ਧਿਆਨ ਸਿੰਘ ਨੇ ਆਖਿਆ, ਬਾਦਸ਼ਾਹ ਆ ਗਿਆ ਹੋਵੇ, ਮੈਂ ਦੱਸਣਾ ਚਾਹੁੰਦਾ ਸਰਦਾਰ ਦੀ ਆਮਦ ਦਾ ਕਾਰਨ ਕੀ ਹੈ। ਵੇਖੋ, ਘਰਾਂ ਵਿੱਚ ਫੁੱਟ ਪਾਉਣ ਵਾਲੇ ਕਿੱਥੋਂ ਤੱਕ ਗਿਰ ਜਾਂਦੇ ਨੇ, ਉਹ ਪਵਿੱਤਰ ਤੋਂ ਪਵਿੱਤਰ ਰਿਸ਼ਤਿਆਂ ਨੂੰ ਵੀ ਐਸੀ ਅੱਗ ਦੀ ਚੁਵਾਤੀ ਸੁੱਟਦੇ ਹੈ, ਦੂਰ ਕਰਕੇ ਰੱਖ ਦਿੰਦੇ ਹੈ। ਉਹਨੇ ਕਹਿ ਦਿੱਤਾ
ਵੀ ਬਾਦਸ਼ਾਹ ਸ਼ਾਮ ਸਿੰਘ ਅਟਾਰੀ ਦੀ ਧੀ ਤੁਹਾਡੀ ਪੋਤ ਨੂੰ ਹੈ ਇਹ ਜਾਣਦਾ ਹੈ। ਹੁਣ ਤੁਸੀਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹੋ, ਮੌਤ ਦੇ ਦਰਵਾਜ਼ੇ ਤੇ ਖੜੇ ਹੋ, ਇਹਨੂੰ ਪਤਾ ਹੈ ਤੁਹਾਡੀ ਜ਼ਿੰਦਗੀ ਦੀ ਖੇਡ ਮੁੱਕਣ ਵਾਲੀ ਹੈ, ਇਹਦੀ ਨੀਤ ਵਿੱਚ ਖੋਟ ਹੈ। ਇਹ ਚਾਹੁੰਦਾ ਵੀ ਤੁਹਾਡੀ ਮੌਤ ਤੋਂ ਮਗਰੋਂ ਜਿਹੜਾ ਤਖ਼ਤ ਤੁਹਾਡੇ ਪੁੱਤਾਂ ਦਾ ਹੱਕ ਬਣਦਾ ਹੈ ਉਹ ਤੁਹਾਡੇ ਪੋਤਰੇ ਨੌ ਨਿਹਾਲ ਨੂੰ ਭਾਵੇਂ ਦਾ ਜਵਾਈ ਲਾਹੌਰ ਦਰਬਾਰ ਦਾ ਬਾਦਸ਼ਾਹ ਬਣੇ। ਇਹ ਸ਼ਾਮ ਸਿੰਘ ਅਟਾਰੀ ਵਾਲੇ ਦੀ ਨੀਤੀ ਹੈ, ਤਾਂ ਛੇਤੀ ਲਾਹੌਰ ਆਉਂਦਾ ਜਾਂਦਾ ਹੈ। ਵੇਖੋ ਸ਼ਾਮ ਸਿੰਘ ਦਾ ਪਿਆਰ ਸੀ, ਉਹ ਬਾਦਸ਼ਾਹ ਦਾ ਪਤਾ ਲੈਣ ਵਾਸਤੇ ਜਾਂਦਾ, ਨੀਤ ਵਿੱਚ ਕੋਈ ਖੋਟ ਨਹੀਂ, ਪਰ ਚੁਆਤੀ ਸੁੱਟ ਦਿੱਤੀ ਧਿਆਨ ਸਿੰਘ ਨੇ। ਸਿੱਖ ਇਤਿਹਾਸ ਪੜ੍ਹ ਕੇ ਵੇਖੋ, ਮਹਾਰਾਜਾ ਰਣਜੀਤ ਸਿੰਘ ਨੇ ਬਾਹੋਂ ਫੜ ਕੇ ਆਖਿਆ, ਓਏ ਸਰਦਾਰ ਸ਼ਾਮ ਸਿੰਘ ਆ, ਵੇਖੀ ਕਿਤੇ ਆਪਦੇ ਜਵਾਈ ਨੂੰ ਅੱਗੇ ਲਿਆਉਣ ਦਾ, ਮਹਾਰਾਜ ਮੇਰੇ ਘਰ ਵਿੱਚ ਫੁੱਟ ਦਾ ਬੀਜ ਨਾ ਬੀਜ ਦੇਵੇ। ਕਾਲਜਾ ਚੀਰਿਆ ਗਿਆ ਸਰਦਾਰ ਦਾ, ਉਹ ਅਖਲਾਕੀ ਹੈ, ਉਹ ਗੈਰਤਮੰਦ ਹੈ। ਉਹਨੇ ਹੱਥ ਜੋੜ ਕੇ ਆਖਿਆ, ਓਏ ਬਾਦਸ਼ਾਹ ਜੇ ਮੇਰੇ ਤੋਂ ਤੈਨੂੰ ਇੰਨਾ ਹੀ ਡਰ ਲੱਗਦਾ ਹੈ, ਮੈਂ ਪਰਨ ਕਰਦਾ ਅੱਜ ਤੋਂ ਬਾਅਦ ਲਾਹੌਰ ਦਰਬਾਰ ਦੇ ਮਾਮਲਿਆਂ ਵਿੱਚ ਕਦੇ ਦਖਲ ਅੰਦਾਜ਼ੀ ਨਹੀਂ ਦਿਆਂਗਾ। ਇਹੋ ਕਾਰਨ ਹੈ ਸ਼ਾਮ ਸਿੰਘ ਅਟਾਰੀ ਵਾਲਾ ਅਟਾਰੀ ਦੀ ਧਰਤੀ ਤੇ ਬੈਠਾ ਹੈ, ਜਿੰਦਾ ਜਾਣਦੀ ਹੈ, ਉਹਦਾ ਵਚਨ ਹੈ ਲਾਹੌਰ ਨਹੀਂ ਵੜਨਾ। ਅੱਜ ਬਿਵਤਾ ਕੋਈ ਸਰਦਾਰ ਨਹੀਂ ਰਿਹਾ, ਕਿਹੜਾ ਵਿਗੜੀ ਕੌਮ ਦੀ ਸਵਾਰੇ, ਇੱਕੋ ਇੱਕ ਸ਼ਾਮ ਸਿੰਘ ਅਟਾਰੀ ਵਾਲਾ। ਹੁਣ ਜਿੰਦਾ ਨੇ ਪੱਤਰਕਾਰ ਲਿਖ ਕੇ ਆਖਿਆ, ਉਹ ਸਰਦਾਰ ਸ਼ਾਮ ਸਿੰਘ ਆ ਸਿਰ ਦਾ ਤਾਜ ਲੈ ਗਿਆ, ਪਤੀ ਦੁਨੀਆਂ ਤੋਂ ਤੁਰ ਗਿਆ, ਮੈਂ ਜਿਹੜੇ ਮਾਸੂਮ ਪੁੱਤ ਦੇ ਆਸਰੇ ਸਰਦਾਰਾ ਜ਼ਿੰਦਗੀ ਗੁਜ਼ਾਰਨ ਦੀ ਠਾਣੀ ਆ ਨਾ, ਇਹ ਮੇਰਾ ਬੱਚਾ ਜੇ ਤਲਵਾਰ ਚੁੱਕ ਕੇ ਵੈਰੀ ਦੇ ਨਾਲ ਲੜਨ ਜੋਗਾ ਨਹੀਂ। ਜਿੰਦਾ ਦਾ ਜੀਵਨ ਨਾਮਾ ਪੜ੍ਹ ਕੇ ਵੇਖੋ, ਉਹਨੇ ਸੁੱਖ ਵੇਖਿਆ ਦੁਨੀਆਂ ਤੋਂ ਵੱਧ, ਅਗਰ ਭੀੜਾਂ ਪਈਆਂ ਮਹਾਰਾਣੀ ਜਿੰਦਾ ਦੇ ਜੀਵਨ ਵਿੱਚ ਦੁੱਖਾਂ ਦੇ ਪਹਾੜ ਟੁੱਟੇ ਨੇ। ਕਈਆਂ ਨੇ ਤੇ ਬੜੀਆਂ ਉੱਜਾਂ ਲਾਈਆਂ ਰਾਣੀ ਜਿੰਦਾ ਤੇ, ਵੀ ਉਹ ਗਰੀਬਾਂ ਕੰਗਾਲਾਂ ਦੀ ਧੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਸੋਹਣੀ ਵੇਖ ਕੇ ਪਰਨਾਲਿਆ। ਜਿਨ੍ਹਾਂ ਨੇ ਥੋੜ੍ਹਾ ਜਿਹਾ ਤਰਸ ਕੀਤਾ ਉਹਨਾਂ ਇਹ ਮੰਨ ਲਿਆ ਵੀ ਜਿੰਦਾ ਗਰੀਬਾਂ ਦੀ ਧੀ ਨਹੀਂ, ਇਹ ਸਰਦਾਰਾਂ ਦੀ ਪੁੱਤਰੀ ਹੈ। ਪਰ ਉਹਨਾਂ ਨੇ ਇਹ ਲਿਖ ਦਿੱਤਾ ਵੀ ਛੋਟੀ ਜਿਹੀ ਉਮਰ ਵਿੱਚ ਹੀ ਜਿੰਦਾ ਦਾ ਵਿਆਹ ਉਹਦੇ ਪਿਓ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਕੀਤਾ ਹੈ। ਪਰ ਜਦੋਂ ਮੈਂ ਸਿੱਖ ਤਵਾਰੀਖ ਨੂੰ ਪੜ੍ਹਦਾ ਹਾਂ, ਜਿੰਦਾ ਦੀ ਜਦੋਂ ਸ਼ਾਦੀ ਹੋਈ ਉਹਦੀ ਉਮਰ ਮਾਸੂਮ ਨਹੀਂ, ਪੂਰੀ 20 ਸਾਲ ਦੀ ਹੈ ਜਿੰਦਾ, 21 ਸਾਲ ਦੀ ਨੇ ਦਲੀਪ ਨੂੰ ਜਨਮ ਦਿੱਤਾ, 22 ਸਾਲ ਉਮਰ ਸੀ, 2 ਸਾਲ ਪਤੀ ਦਾ ਸਾਇਆ ਮਾਣ ਕੇ ਭਰ ਜਵਾਨੀ ਜੋਬਨ ਦੀ ਰੁੱਤੇ ਮਹਾਰਾਣੀ ਜਿੰਦ ਕੌਰਾ ਸਦਾ ਵਾਸਤੇ ਵਿਧਵਾ ਹੋ ਗਈ। ਗਿਆਨੀ ਸੋਹਣ ਸਿੰਘ ਸੀਤਲ ਬਾਦਸ਼ਾਹ ਢਾਡੀ ਹੋਏ ਨੇ। ਮੈਂ ਸਮਝਦਾ ਵੀ ਉਹ ਸਟੇਜ ਹੀ ਅਧੂਰੀ ਹੈ ਜਿੱਥੇ ਸਰਦਾਰ ਸੋਹਣ ਸਿੰਘ ਹੋਣਾ ਦਾ ਜ਼ਿਕਰ ਸਟੇਜ ਤੇ ਨਾ ਕੀਤਾ ਜਾਏ। ਉਹਨਾਂ ਨੇ ਜਿੰਦਾਂ ਦਾ ਜੀਵਨ ਇੱਕ ਇੱਕ ਕਵਿਤਾ ਵਿੱਚ ਵਾਰ ਵਿੱਚ ਬੜੇ ਨਮੂਨੇ ਦੇ ਨਾਲ ਪੇਸ਼ ਕੀਤਾ ਹੈ। ਉਹ ਕਹਿੰਦੇ, ਮੰਨਾ ਸਿੰਘ ਸਰਦਾਰ ਦੇ ਮਹਿਲੀ ਆਈ ਬਹਾਰ, ਜੰਮੀ ਦੇਵੀ ਸੁਰਗ ਦੇ ਰੂਪ ਜਿੰਦਾਂ ਦਾ ਧਾਰ, ਪੱਟ ਪੰਘੂੜੇ ਝੂੜਦੇ ਹੋਈ ਜਦ ਮੁਟਿਆਰ, ਕਹਿੰਦੇ ਪੁੱਜਣ ਤੁਲ ਨਾ ਉਸ ਦੇ ਹੀਰੇ ਲਾਲ ਜਵਾਰ, ਕਹਿੰਦੇ ਚਰਚਾ ਉਹਦੇ ਰੂਪ ਦੇ ਜਾਂ ਪਹੁੰਚੀ ਸਿੱਖ ਦਰਬਾਰ, ਮੋਇਆ ਮਨ ਰਣਜੀਤ ਦਾ ਫਿਰ ਉਸ ਦੇ ਰੂਪ ਅਪਾਰ, ਰਾਜੇ ਵਿਆਹੀ ਰਾਣੀ ਆਖਰੇ ਕਹਿੰਦੇ ਰਤਨਾ ਨਾਲ ਸ਼ਿੰਗਾਰ, ਕੁਦਰਤ ਰਾਣੀ ਉਸ ਤੋਂ ਤੁੱਠੀ ਕਿਰਪਾ ਧਾਰ, ਬਖਸ਼ਿਆ ਲਾਲ ਦਲੀਪ ਸਿੰਘ ਮਹਿਲਾਂ ਦਾ ਸਰਦਾਰ, ਉਧਰ ਕਿਸਮਤ ਨਾਲ ਵਿਅੰਗ ਦੇ ਹੱਸੀ ਮੂੰਹ ਪਸਾਰ, ਕਹਿੰਦੀ ਰੋਲਾਂਗੀ ਪ੍ਰਦੇਸ਼ ਮੈਂ ਤੇਰਾ ਇਹ ਲਾਲਾਂ ਦਾ ਹਾਰ, ਓਏ ਸੀਤਲ ਲੱਗੇ ਦੇਰ ਨਾ ਜਦ ਫੁੱਲ ਬਣਨੇ ਅੰਗਿਆਰ। ਵੇਖੋ ਕਿਸਮਤ ਪਲਟਣ ਲੱਗਿਆਂ ਅੱਖ ਦੇ ਪੁਲਕਾਰੇ ਜਿੰਨਾ ਸਮਾਂ ਲੱਗਦਾ, ਕਿਤਾਬ ਦਾ ਵਰਕਾ ਥਲਣਾ ਹੋਵੇ ਵਕਤ ਲੱਗੇਗਾ, ਪਰ ਮਨੁੱਖ ਦੀ ਕਿਸਮਤ ਬਦਲਦਿਆਂ ਇੰਨਾ ਵੀ ਸਮਾਂ ਨਹੀਂ ਲੱਗਦਾ। ਸਿਰ ਦਾ ਤਾਜ ਲੱਥਣ ਦੀ ਦੇਰ ਹੈ, ਉਹ ਜਿੰਦਾਂ ਦੀ ਜ਼ਿੰਦਗੀ ਜਿਹੜੀ ਸਵਰਗ ਸੀ ਉਹ ਦੁੱਖਾਂ ਵਿੱਚ ਬਦਲ ਗਈ। ਸੋਹਣ ਸਿੰਘ ਸੀਤਲ ਕਹਿੰਦਾ ਵੀ ਪੁੱਤਰ ਦੇ ਆਸਰੇ ਉਹਨੇ ਜ਼ਿੰਦਗੀ ਜਿਉਣ ਦਾ ਨਿਰਣਾ ਲਿਆ, ਤੇ ਜਦੋਂ ਲਾਹੌਰ ਦਰਬਾਰ ਬਰਬਾਦੀ ਦੇ ਕੰਢੇ ਤੇ ਡੋਗਰਿਆਂ ਨੇ ਪਹੁੰਚਾ ਦਿੱਤਾ, ਫਿਰ ਉਸ ਵਕਤ ਦੇ ਕਾਲਜੇ ਦਾ ਰੁੱਗ ਭਰ ਜਾਂਦਾ ਹੈ। ਕਦੇ ਪੁੱਤਰ ਵੱਲ ਵੇਂਦੀ ਹੈ ਤੇ ਕਦੇ ਵਿਛੜੇ ਹੋਏ ਪਤੀ ਨੂੰ ਯਾਦ ਕਰਦੀ ਹੈ। ਕੋਰੇ ਕਾਗਜ਼ ਦੀ ਹਿੱਕ ਉੱਤੇ ਉਹਨੇ ਦਿਲ ਦੀਆਂ ਸਧਰਾਂ ਲਿਖੀਆਂ, ਲਿਫਾਫਾ ਬੰਦ ਕਰਨ ਤੋਂ ਪਹਿਲਾਂ ਚਿੱਠੀ ਦੀਆਂ ਕੁਝ ਅੰਤਿਮ ਸਤਰਾਂ ਨੂੰ ਮੁਕੰਮਲ ਕਰਕੇ ਰਾਣੀ ਜਿੰਦਾ ਨੇ ਸ਼ਾਹੀ ਮੋਹਰ ਲਾ ਕੇ ਘੋੜ ਸਵਾਰਾਂ ਨੂੰ ਅਟਾਰੀ ਵੱਲ ਨੂੰ ਤੋਰ ਦਿੱਤਾ ਹੈ। ਪਲਿਓ ਬਿਨਾਂ ਦੇਰੀ ਅਟਾਰੀ ਜਾਓ, ਜਾ ਕੇ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਦੱਸ ਦਿਓ ਹੁਣ ਤੇਰੀ ਕੌਮ ਇਸ ਮੋਹਰ ਤੇ ਖੜੀ ਹੈ, ਤੂੰ ਨਿਤਨੇਮੀ ਗੁਰਸਿੱਖ ਹੈ, ਕਲਗੀਆਂ ਵਾਲੇ ਪਾਤਸ਼ਾਹ ਦੀ ਬਖਸ਼ਿਸ਼ ਦਾਤ ਖੰਡੇ ਦੀ ਪੌਲ ਲਈ ਹੈ, ਹੁਣ ਤੇਰਾ ਚਿੱਠੀ ਪੜ ਕੇ ਹੱਥ ਤਲਵਾਰ ਦੀ ਮੁੱਠ ਤੇ ਚਲਿਆ ਜਾਣਾ ਚਾਹੀਦਾ ਹੈ। ਪਹੁੰਚੇ ਨੇ ਘੋੜ ਸਵਾਰ ਫਤਿਹ ਬੁਲਾ ਕੇ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੇ ਹੱਥਾਂ ਵਿੱਚ ਮਹਾਰਾਣੀ ਜਿੰਦ ਕੌਰਾਂ ਦੀ ਉਹ ਪੱਤਰਿਕਾ ਘੋੜ ਸਵਾਰ
ਗੁਰਦੁਆਰਾ ਨੇ ਫੜਾ ਦਿੱਤੀ ਹੈ। ਹੁਣ ਖੋਲਿਆ ਲਿਫਾਫਾ, ਸ਼ਾਮ ਸਿੰਘ ਅਟਾਰੀ ਵਾਲਾ ਚਿੱਠੀ ਪੜਨ ਲੱਗਾ ਹੈ। ਜਿਉਂ ਜਿਉਂ ਚਿੱਠੀ ਪੜਦਾ ਹੈ, ਮਰਦ ਦੀ ਗੈਰ ਤੰਗੜਾਈਆਂ ਲੈ ਰਹੀ ਹੈ, ਮੱਥੇ ਤੇ ਵੱਟ ਪੈ ਰਹੇ ਨੇ, ਗੈਰਤ ਦੇ ਨਾਲ ਲਾਲੀ ਨੇਤਰਾਂ ਵਿੱਚ ਡੋਰਿਆਂ ਦੇ ਰੂਪ ਵਿੱਚ ਉਭਰ ਉਭਰ ਕੇ ਸਾਹਮਣੇ ਆ ਰਹੀ ਹੈ। ਕਹਿੰਦੇ ਵੀਰਤਾ ਦਾ ਪੁੰਜ ਬੱਬਰ ਸ਼ੇਰ ਦੀ ਤਰ੍ਹਾਂ ਭਵਕਿਆ, ਉਹਦਾ ਹੱਥ ਤਲਵਾਰ ਦੀ ਮੁੱਠ ਤੇ ਚਲਿਆ ਗਿਆ ਔਰ ਉਸ ਧਰਮੀ ਗੁਰੂ ਕੇ ਲਾਲ ਨੇ ਇਤਿਹਾਸ ਦੇ ਅਨੁਸਾਰ ਜਿੰਦਾਂ ਦੀ ਪੱਤਰਿਕਾ ਪੜ੍ਹਨ ਤੋਂ ਬਾਅਦ ਅਟਾਰੀ ਦੀ ਧਰਤੀ ਤੇ ਚਿੱਠੀਆਂ ਲਿਖ ਲਿਖ ਮਰਜੀਵੜਿਆਂ ਦਾ ਇਕੱਠ ਫਿਰ ਇਉਂ ਬੁਲਾਇਆ ਜੀ ਸ਼ਾਮ ਸਿੰਘ ਜੀ ਚਿੱਠੀਆਂ ਲਿਖ ਸਿੰਘਾਂ ਵੱਲ ਪਾਉਂਦਾ ਹੈ, ਰੋ ਵਿੱਚ ਆ ਕੇ ਸਿੰਘਾਂ ਨੂੰ ਇੰਜ ਆਖ ਸੁਣਾਉਂਦਾ ਹੈ, ਹੁੰਦੇ ਜ਼ੁਲਮ ਭਿਆਨਕ ਸਾਥੋਂ ਨਹੀਂ ਸੁਹਾਰੀ ਦੇ, ਚਿੱਠੀਆਂ ਪੜ੍ਹ ਕੇ ਆ ਜੋ ਸਿੰਘ ਵੱਲ ਉਤਾਰੀ ਦੇ, ਸ਼ਾਮ ਸਿੰਘ ਜੀ ਚਿੱਠੀਆਂ ਲਿਖ ਸਿੰਘਾਂ ਵੱਲ ਪਾਉਂਦਾ ਹੈ, ਰੋ ਵਿੱਚ ਆ ਕੇ ਸਿੰਘਾਂ ਨੂੰ ਇੰਜ ਆਖ ਸੁਣਾਉਂਦਾ ਹੈ, ਹੁੰਦੇ ਜ਼ੁਲਮ ਭਿਆਨਕ ਸਾਥੋਂ ਨਹੀਂ ਸੁਹਾਰੀ ਦੇ, ਚਿੱਠੀਆਂ ਪੜ੍ਹ ਕੇ ਆ ਜੋ ਸਿੰਘ ਵੱਲ ਉਤਾਰੀ ਦੇ, ਆਗੂ ਹੋ ਗਏ ਮਾਰੇ, ਆਗੂ ਹੋ ਗਏ ਮਾਰੇ ਲੱਗ ਪੈ ਕਰਨ ਗਦਾਰੀ ਦੀ, ਤਾਈਓਂ ਫੌਜ ਮੈਦਾਨ ਵਿੱਚੋਂ ਸਿੰਘਾਂ ਦੀ ਹਾਰੀ ਦੀ, ਅੱਕੇ ਮਾਰੇ ਮਰ ਗਏ, ਅੱਕੇ ਮਾਰੇ ਮਰ ਗਏ ਆਪਾਂ ਫੁੱਟ ਬਿਮਾਰੀ ਦੇ, ਚਿੱਠੀਆਂ ਪੜ੍ਹ ਕੇ ਆ ਜੋ ਸਿੰਘ ਵੱਲ ਉਟਾਰੀ ਦੇ, ਚਸਮ ਪਿਤਾ ਦੇ ਯੋਧੇ ਆਪਾਂ ਅੰਮ੍ਰਿਤ ਧਾਰੀ ਹਾਂ, ਲੋੜ ਪਵੇ ਤਾਂ ਦੇਸ਼ ਕੌਮ ਲਈ ਪਰ ਉਪਕਾਰੀ ਹਾਂ, ਉਹ ਦੰਦ ਕਰ ਦੀਏ ਖੱਟੇ ਹੁਣ ਗੋਰੇ ਹੰਕਾਰੀ ਦੇ, ਚਿੱਠੀਆਂ ਪੜ੍ਹ ਕੇ ਆ ਜੋ ਸਿੰਘ ਵੱਲ ਉਤਾਰੀ ਦੇ, ਓ ਆਪਾਂ ਸਿੰਘੋ ਪੁੱਤਰ ਅਣਖੀ ਮਰਦ ਦਲੇਰਾਂ ਦੇ, ਆਪਾਂ ਸਿੰਘੋ ਪੁੱਤਰ ਅਣਖੀ ਮਰਦ ਦਲੇਰਾਂ ਦੇ, ਜਿਉਂ ਦੇ ਮੁੱਛ ਫੜਾਉਣ ਕਦੇ ਨਾ ਪੁੱਤਰ ਸ਼ੇਰਾਂ ਦੇ, ਓ ਮਰਦਾਂ ਦੇ ਸਿਰ ਉੱਤੇ ਕੌਮੀ ਮੈਲ ਉਸਾਰੀ ਦੇ, ਚਿੱਠੀਆਂ ਪੜ੍ਹ ਕੇ ਆ ਜੋ ਸਿੰਘ ਵੱਲ ਉਤਾਰੀ ਦੇ, ਜਿਹੜੇ ਵੀ ਦਸ਼ਮੇਸ਼ ਪਿਤਾ ਦੇ ਸਿੰਘ ਸਦਾਉਂਦੇ ਜੇ, ਮੌਤੋਂ ਡਰਦੇ ਕਾਨੂੰ ਹੁਣ ਪੈ ਮੁੱਖ ਛਪਾਉਂਦੇ ਜੇ, ਓ ਪੜ ਲੋ ਸਾਕੇ ਪਾਵੇ ਬੰਦਾ ਸਿੰਘ ਬਿਲਕਾਰੀ ਦੇ, ਚਿੱਠੀਆਂ ਪੜ ਕੇ ਆ ਜੋ ਸਿੰਘ ਵੱਲ ਉਤਾਰੀ ਦੇ, ਜੇਕਰ ਸਿੰਘੋ ਆਪਾਂ ਜੇਕਰ ਸਿੰਘੋ ਆਪਾਂ ਹੁਣ ਨਾ ਭੇਗੀ ਉਠਾਈ ਦੀ, ਦੇਵੇਗੀ ਫਿਰ ਤਾਨੇ ਸਾਨੂੰ ਕੁੱਲ ਲਗਾਈ ਦੀ, ਓ ਦੁੱਖ ਵੰਡੇ ਨਾ ਆਪਾਂ, ਦੁੱਖ ਵੰਡੇ ਨਾ ਆਪਾਂ ਜੇ ਜਿੰਦਾ ਦੁੱਖ ਹਾਰੀ ਦੇ, ਚਿੱਠੀਆਂ ਪੜ੍ਹ ਕੇ ਆ ਜੋ ਸਿੰਘ ਵੱਲ ਉਤਾਰੀ ਦੇ, ਇਤਿਹਾਸ ਦੇ
ਦੀ ਕਦਰ ਅੰਦਰ ਸ਼ਹੀਦਾਂ ਦੀ ਯਾਦ ਵਿੱਚ ਮਾਇਆ ਅਰਪਿਤ ਕਰਦੇ ਨੇ। ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਵਾਹਿਗੁਰੂ ਹਾਜ਼ਰੀ ਦਰ ਪ੍ਰਵਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਨ ਸਾਡੇ ਆਦਰਯੋਗ ਪਿਆਰੇ ਵੀਰ ਸਰਦਾਰ ਸੁਖਦੇਵ ਸਿੰਘ ਜੀ ਫਤਿਹਗੜ੍ਹ ਸਭਰਾ ਹਾਂਗਕਾਂਗ ਵਾਲੇ, ਉਹਨਾਂ ਵੱਲੋਂ 1100 ਦਮੜਾ ਸ਼ਹੀਦਾਂ ਦੇ ਇਤਿਹਾਸ ਦੀ ਕਦਰ ਕਰਦਿਆਂ ਪਿਆਰ ਭੇਜਿਆ ਗਿਆ। ਬਹੁਤ ਬਹੁਤ ਉਭਾਰੀ ਹਾਂ। ਮੈਂ ਬੇਨਤੀ ਕਰਾਂਗਾ ਇਕਾਗਰਤਾ ਬਣਾ ਕੇ ਇਸੇ ਤਰ੍ਹਾਂ ਬੈਠ ਕੇ ਉਸ ਸੂਰਮੇ ਦੇ ਆਪਾਂ ਇਤਿਹਾਸ ਦੇ ਝਰੋਖੇ ਵਿੱਚੋਂ ਦੀਦਾਰ ਕਰਨੇ ਆਏ ਜਿਹਨੇ ਸਾਡਾ ਭਵਿੱਖ ਸਵਾਰਨ ਲਈ ਬਹੁਤ ਵੱਡੀ ਲਾਸਾਨੀ ਕੁਰਬਾਨੀ ਕੀਤੀ ਹੈ। ਅਸੀਂ ਤਾਂ ਵੀ ਦੇਣ ਹੀ ਨਹੀਂ ਦੇ ਸਕਦੇ ਉਹਨਾਂ ਸ਼ਹੀਦਾਂ ਦਾ, ਉਹਨਾਂ ਸਾਡੇ ਤੋਂ ਜ਼ਿੰਦਗੀਆਂ ਨਿਸ਼ਾਵਰ ਕੀਤੀਆਂ ਹੈ। ਸੋ ਸਾਡਾ ਫਰਜ਼ ਹੈ, ਸਾਡੀ ਡਿਊਟੀ ਹੈ ਵੀ ਬੜੇ ਪਿਆਰ ਸ਼ਰਧਾ ਨਾਲ ਬੈਠ ਕੇ ਜਦੋਂ ਐਸੀਆਂ ਦਾਸਤਾਨਾਂ ਸਾਂਝੀਆਂ ਕੀਤੀਆਂ ਜਾਣ ਇਕਾਗਰਤਾ ਦੇ ਨਾਲ ਜੁੜ ਕੇ ਸਰਵਣ ਕਰਨ ਦਾ ਯਤਨ ਕਰਿਆ ਕਰੋ। ਵੀਰ ਜਗਿੰਦਰ ਸਿੰਘ ਜੀ ਸਾਡੇ ਬਹੁਤ ਆਦਰਯੋਗ ਸੌ ਦੰਬੜਾ ਭੇਜਦੇ ਹੈ। ਕਾਰਜ ਸਿੰਘ ਜੀ ਵੱਡੇ ਸਭਰਾਵਾਂ ਵਾਲੇ ਸੌ ਦੰਬੜਾ ਅਰਦਾਸ ਕਰਵਾਉਂਦੇ ਨੇ ਗੁਰੂ ਪਾਤਸ਼ਾਹ ਹਾਜ਼ਰੀ ਦਰ ਪ੍ਰਵਾਨ ਕਰਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਦੀਆਂ ਦਾਤਾਂ ਦੇ ਕੇ ਨਿਵਾਜਨ। ਆਓ ਤੱਕੀਏ ਸ਼ਾਮ ਸਿੰਘ ਅਟਾਰੀ ਵਾਲੇ ਨੇ ਪੱਤਰਕਾਵਾਂ ਚਿੱਠੀਆਂ ਉਹਨਾਂ ਸੂਰਮਿਆਂ ਨੂੰ ਲਿਖੀਆਂ ਹੈ ਜਿਹੜੇ ਮੁਦਕੀ ਔਰ ਫੇਰੂ ਦੇ ਮੈਦਾਨ ਵਿੱਚ ਆਪਣਾ ਬਲ ਪਰਖ ਚੁੱਕੇ ਹੈ। ਉਹਨਾਂ ਦੇ ਮਨ ਵਿੱਚ ਗੁੱਸਾ ਹੈ ਕਿ ਆਗੂ ਗਦਾਰੀ ਨਾ ਕਰਦੇ ਤੇ ਕੌਮ ਨੇ ਕੋਈ ਸਾਰਥਕ ਸਿੱਠਾ ਕੱਢ ਲੈਣਾ ਸੀ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜਾਣਦਾ ਵੀ ਉਹਨਾਂ ਦਾ ਖੂਨ ਖੌਲਦਾ ਹੈ, ਹੁਣ ਵਕਤ ਉਹਨਾਂ ਨੂੰ ਯਾਦ ਕਰਕੇ ਅਟਾਰੀ ਦੀ ਧਰਤੀ ਤੇ ਸੱਦਿਆ ਜਾਏ ਔਰ ਸਭਰਾਵਾਂ ਦੇ ਮੈਦਾਨੇ ਜੰਗ ਅੰਦਰ ਪਹੁੰਚ ਕੇ ਵੈਰੀ ਨਾਲ ਜੂਝ ਕੇ ਦੱਸਿਆ ਜਾਏ ਅੰਗਰੇਜ਼ ਔਰ ਉਹਦੀ ਗੌਰਮੈਂਟ ਨੂੰ, ਉਹਦੀ ਤਾਕਤ ਨੂੰ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਖਾਲਸਾ ਕਿੰਨਾ ਬਲਧਾਰੀ ਹੈ, ਕੌਮ ਦੀ ਵਿਗੜੀ ਸਵਾਰਨ ਲਈ ਅਸੀਂ ਸਿਰਾਂ ਦੇ ਦਾਈਏ ਲਾਉਣ ਵਾਲੇ ਲੋਕ ਹੈ। ਸਰਦਾਰ ਨੇ ਵੰਗਾਰ ਪਾਈ ਔਰ ਸੂਰਮੇ ਕਰਕੇ ਤਿਆਰੀਆਂ ਆਪੋ ਆਪਣੇ ਸ਼ਸਤਰ ਹੱਥਾਂ ਵਿੱਚ ਲੈ ਕੇ ਅਟਾਰੀ ਦੀ ਧਰਤੀ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦਾ ਸਾਥ ਦੇਣ ਦੀ ਠਾਣ ਕੇ ਤਿਆਰੀਆਂ ਕਰਕੇ ਤੁਰਨ ਲੱਗੇ ਹੈ। ਹੁਣ ਇੱਥੇ ਵੀ ਸਵਾਲ ਖੜਾ ਹੁੰਦਾ ਹੈ ਵੀ ਜਿਹੜਾ ਸ਼ਾਮ ਸਿੰਘ ਅਟਾਰੀ ਵਾਲਾ ਸਹੁੰ ਖਾ ਚੁੱਕਾ ਹੈ, ਪਰਨ ਕਰ ਚੁੱਕਾ ਹੈ, ਮੈਂ ਲਾਹੌਰ ਦਰਬਾਰ ਦੇ ਕਿਸੇ ਵੀ ਮਾਮਲੇ ਵਿੱਚ ਦਖਲ ਨਹੀਂ ਦੇਣਾ, ਉਹ ਮਹਾਰਾਣੀ ਜਿੰਦ ਕੌਰਾਂ ਦੀ ਚਿੱਠੀ ਪੜ੍ਹਦਾ ਤੇ ਤੜਫੜਦਾ ਹੈ ਔਰ ਬੇਮਿਆਨ ਤੇ ਕਰਕੇ ਐਲਾਨ ਕਰਦਾ ਹੈ ਮੈਂ ਸਿਰ ਲਾ ਦਿਆਂਗਾ ਸਿੱਖ ਰਾਜ ਦੀ ਰਾਖੀ ਦੀ ਖਾਤਰ। ਹੁਣ ਉਹੀ ਸ਼ਾਮ ਸਿੰਘ ਅਟਾਰੀ ਵਾਲਾ ਹੈ ਜਿਹਨੇ ਆਖਿਆ ਸੀ ਮੈਂ ਲਾਹੌਰ ਦੇ ਮਾਮਲਿਆਂ 'ਚ ਦਖਲ ਨਹੀਂ ਦੇਣਾ, ਪਰ ਰਾਣੀ ਜਿੰਦਾਂ ਦੀ ਚਿੱਠੀ ਪੜ੍ਹ ਕੇ ਉਹ ਮੈਦਾਨੇ ਜੰਗ ਨੂੰ ਜੂਝ ਕੇ ਮਰਨ ਦੀਆਂ ਤਿਆਰੀਆਂ ਕਰ ਚੁੱਕਾ ਹੈ। ਕਾਰਨ ਕੀ ਹੈ? ਰਾਣੀ ਜਿੰਦਾਂ ਨੇ ਚਿੱਠੀ ਲਿਖੀ ਜਿੱਥੇ ਉਹਨੇ ਵਾਸਤਾ ਪਾਇਆ ਮੋਏ ਹੋਏ ਮਿੱਤਰ ਦੇ ਪਿਆਰ ਦਾ ਔਰ ਨਾਲ ਅਹਿਸਾਸ ਕਰਵਾਇਆ ਵੀ ਮੇਰਾ ਪੁੱਤ ਜ਼ਿੰਮੇਵਾਰੀਆਂ ਸਾਂਭਣ ਜੋਗਾ ਨਹੀਂ, ਹੁਣ ਇੱਕੋ ਇੱਕ ਤੂੰ ਆ ਜਾ ਮੈਦਾਨੇ ਜੰਗ ਦੇ ਅੰਦਰ। ਆਖਰੀ ਸਤਰਾਂ ਵਿੱਚ ਜਿੰਦਾਂ ਨੇ ਲਿਖਿਆ ਸੀ ਓਏ ਸਰਦਾਰ ਸ਼ਾਮ ਸਿੰਘ ਹੈ ਜੇ ਮੇਰੇ ਜੋੜੇ ਹੋਏ ਹੱਥ ਪ੍ਰਵਾਨ ਨਹੀਂ, ਪਾਏ ਹੋਏ ਵਾਸਤੇ ਪ੍ਰਵਾਨ ਨਹੀਂ, ਤੇ ਇੱਕ ਗੱਲ ਯਾਦ ਰੱਖ ਤੇਰੀਆਂ ਰਗਾਂ ਦੇ ਅੰਦਰ ਨਿਹਾਲ ਸਿੰਘ ਅਟਾਰੀ ਵਾਲੇ ਦਾ ਲਹੂ ਹੈ। ਜਿਹੜੇ ਨਿਹਾਲ ਸਿੰਘ ਅਟਾਰੀ ਵਾਲੇ ਆਪਣੀ ਜ਼ਿੰਦਗੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਨਿਸ਼ਾਵਰ ਕੀਤੀ ਹੈ, ਪੜ੍ਹੋ ਇਤਿਹਾਸ ਪਤਾ ਲੱਗੇਗਾ। ਵਣੀਏ ਕੇ ਨਗਰ ਅਟਾਰੀ ਦੇ ਪਰਲੇ ਪਾਸੇ ਹੈ, ਉੱਥੇ ਮਹਾਰਾਜਾ ਰਣਜੀਤ ਸਿੰਘ ਹੈ ਲੋਕਾਂ ਦੇ ਦੁੱਖ ਦਰਦ ਨੂੰ ਪਛਾਣਨ ਲਈ ਮਸਲਿਆਂ ਦੇ ਹੱਲ ਵਾਸਤੇ ਕਹਿੰਦੇ ਇੱਕ ਆਰਜੀ ਕੈਂਪ ਦੇ ਵਿੱਚ ਉਤਰਿਆ ਹੋਇਆ ਹੈ। ਮੌਸਮ ਦਾ ਤਕਾਜ਼ਾ ਸੀ, ਮਹਾਰਾਜਾ ਰਣਜੀਤ ਸਿੰਘ ਉਸ ਵਕਤ ਬਿਮਾਰ ਹੋ ਗਿਆ, ਬਿਮਾਰ ਵੀ ਇੰਨਾ ਹੋਇਆ ਸ਼ਾਹੀ ਵੈਦ ਹਕੀਮ ਇਲਾਜ ਵਿੱਚ ਜੁੱਟ ਕੇ ਦਵਾਈਆਂ ਪੋਹ ਨਹੀਂ ਰਹੀਆਂ, ਬਿਮਾਰੀ ਵਿਗੜਦੀ ਜਾ ਰਹੀ ਹੈ। ਆਖਿਰ ਕਹਿੰਦੇ ਵੈਦ ਹਕੀਮਾਂ ਨੇ ਕਹਿ ਦਿੱਤਾ ਬਾਦਸ਼ਾਹ ਹੁਣ ਤੇਰੀ ਸਾਹਾਂ ਦੀ ਡੋਰ ਕਮਜ਼ੋਰ ਹੋ ਚੁੱਕੀ ਹੈ, ਸਾਡੇ ਵੱਸ ਦੀ ਗੱਲ ਨਹੀਂ, ਮੌਤ ਯਕੀਨਨ ਹੈ, ਇਹ ਦਵਾਈਆਂ ਅਸਰ ਨਹੀਂ ਵਿਖਾ ਰਹੀਆਂ। ਵੇਖੋ ਨਿਹਾਲ ਸਿੰਘ ਅਟਾਰੀ ਵਾਲਾ ਜਿਹੜਾ ਸਰਦਾਰ ਸ਼ਾਮ ਸਿੰਘ ਅਟਾਰੀ ਦਾ ਪਿਤਾ ਹੈ ਉਦੋਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਹੈ, ਬਤੌਰ ਸਰਦਾਰ ਨਿਹਾਲ ਸਿੰਘ ਅਟਾਰੀ ਵਾਲਾ ਸੇਵਾ ਨਿਭਾਉਂਦਾ ਸੀ। ਜਦੋਂ ਸਰਦਾਰ ਨੂੰ ਪਤਾ ਲੱਗਾ ਮਹਾਰਾਜਾ ਰਣਜੀਤ ਸਿੰਘ ਦੀ ਸਾਹਾਂ ਦੀ ਡੋਰ ਕਮਜ਼ੋਰ ਹੋ ਚੁੱਕੀ ਹੈ, ਵੈਦ ਕਹਿੰਦੇ ਹੈ ਯਕੀਨਨ ਮੌਤ ਦਾ ਦਰ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਪਾਰ ਕਰਨਾ ਪਏਗਾ। ਉਸੇ ਵੇਲੇ ਉੱਠਿਆ ਸਨ ਕੇਸੀ ਇਸ਼ਨਾਨ ਕਰਕੇ ਗੁਰੂ ਕਾ ਲਾਲ ਪਾ ਕੇ ਸੁੱਚੇ ਵਸਤਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਸਨਮੁਖ ਖਲੋ ਕੇ ਅਰਦਾਸ ਕਰਦਾ ਹੈ। ਦੀਨ ਦੁਨੀਆਂ ਦੇ ਮਾਲਕਾ ਮੇਰੀ ਬੇਨਤੀ ਹੈ, ਮੇਰੀ ਅਰਦਾਸ ਹੈ, ਕਿਰਪਾ ਕਰਦੀ ਰਹਿਮਤ ਵਰਤਾਈ, ਮਹਾਰਾਜਾ ਰਣਜੀਤ ਸਿੰਘ ਬਿਮਾਰ ਹੈ, ਜੇ ਉਹਦੇ ਕਰਮਾਂ ਵਿੱਚ ਮੌਤ ਲਿਖੀ ਹੈ ਤੇ ਨਿਹਾਲ ਸਿੰਘ ਅਟਾਰੀ ਵਾਲਾ ਅਰਦਾਸ ਕਰਦਾ ਹੈ ਉਹ ਮੌਤ ਮੈਨੂੰ ਆ ਜਾਵੇ ਤੇ ਮੇਰੀ ਰਹਿੰਦੀ ਜ਼ਿੰਦਗੀ ਮਹਾਰਾਜਾ ਰਣਜੀਤ ਸਿੰਘ ਨੂੰ ਲੱਗਣੀ ਚਾਹੀਦੀ ਹੈ। ਅਰਦਾਸ ਆਤਮਾ ਦੀ ਪਰਮਾਤਮਾ ਤੱਕ ਚਿੱਠੀ ਹੈ, ਇੱਕ ਵਾਰੀ ਨਹੀਂ ਅਨੇਕ ਵਾਰ
इतिहास पढ़ के वेखो इवें वापरिया है, कदे मुगल राज दे इतिहास अंदर इवें वापरिया, कदे आपां पढ़िए आ कल कलां पिंड है, माफ करना साहो के मोगे जिले का जिथों का कवीशर बाबू रजबली होया है, बीमार हो गया ते उन्हों भी फरीदकोट हस्पताल विच डाक्टरां ने कह दिता है भी इस बच्चे की मौत हो जानी है, साडियां दवाइयां दे वस दी गल नहीं रही, ते फिर मां दे कोल अरदास तों सिवा कोई चारा नहीं सी, इस्लाम धर्म नूं मन्नण वाला बाबू रजबली पिता सिर ते नहीं कल्ली मां है, मां ने की कीता है सन केसी इशनान करके रवायत अनुसार आपदे पुत दे मंजे दियां कहिंदे सत परकरमा कीतियां है, बीमार है रजबली हुण मां दी ममता मावां पुत्तां दे विछोड़े नहीं चलदियां, ये प्रकृति कादर ने साजी है, इत्थे मावां ही नहीं पक्षी भी कितें आलणे विचों बोट डिग पवे ते उहनां दे कीरने सुणन वाले होया करदे है, अखां नम हो जांदियां है, जीव जंतु भी बच्चियां दे विछोड़े नहीं चलदे, शायर लिखदा रुखां उत्ते टंग लैण चार कख जे केड़ा हुंदा लग्गिया उहनां ते लख जे, घर तां प्यारे चिड़ियां ते कावां नूं पुत्तां दे विछोड़े हुंदे बुरे मावां नूं, नदियां तों पार गौआं रहियां चर जे, वछड़े जिन्हां दे बजे हुंदे घर जी ਉਹ ਵੀ ਸ਼ਾਮੀ ਲੰਘ ਆਉਣ ਦਰਿਆਵਾਂ ਨੂੰ, ਪੁੱਤਾਂ ਦੇ ਵਿਛੋੜੇ ਹੁੰਦੇ ਬੁਰੇ ਮਾਵਾਂ ਨੂੰ, ਚਾਰ ਦਿਨ ਪੁੱਤ ਘਰੋਂ ਵਾਂਢੇ ਜਾਵੇ ਜੀ, ਮਾਂ ਨੂੰ ਨਾ ਘਰ ਵਿੱਚ ਚੈਨ ਆਵੇ ਜੀ, ਪੁੱਛ ਲਓ ਸੱਚ ਕਵੀ ਸਭਰਾਵਾਂ ਨੂੰ, ਪੁੱਤਾਂ ਦੇ ਵਿਛੋੜੇ ਹੁੰਦੇ ਬੁਰੇ ਮਾਵਾਂ ਨੂੰ, ਹੁਣ ਮਾਂ ਨੇ ਸੱਤ ਪ੍ਰਕਰਮਾ ਪੁੱਤ ਦੇ ਮੰਜੇ ਦੀਆਂ ਕੀਤੀਆਂ, ਅਰਦਾਸ ਕੀਤੀ ਜਾ ਖੁਦਾ ਜੇ ਮੇਰੇ ਪੁੱਤ ਦੇ ਲੇਖਾਂ ਵਿੱਚ ਮੌਤ ਲਿਖੀ ਹੈ ਤੇ ਮਾਂ ਹਾਜ਼ਰ ਹੈ, ਮੇਰੀ ਮੌਤ ਹੋ ਜਾਵੇ ਪਰ ਮੇਰੀ ਰਹਿੰਦੀ ਜ਼ਿੰਦਗੀ ਮੇਰੇ ਪੁੱਤ ਬਾਬੂ ਰਜਬਲੀ ਨੂੰ ਲੱਗਣੀ ਚਾਹੀਦੀ ਹੈ, ਇਵੇਂ ਵਾਪਰਿਆ ਸੱਤਵੀਂ ਪ੍ਰਕਰਮਾ ਕਰਕੇ ਮਾਂ ਇਸੀ ਧਰਤੀ ਤੇ ਡਿੱਗੀ, ਮੁੜ ਉੱਠ ਨਾ ਸਕੀ, ਔਰ ਬਾਬੂ ਰਜਬਲੀ ਨੌ ਬਰਨਾ ਹੋ ਗਿਆ ਤੇ ਸਾਰੀ ਜ਼ਿੰਦਗੀ ਉਹ ਸਿੱਖ ਇਤਿਹਾਸ ਲਿਖਦਾ, ਕਵੀਸ਼ਰੀ ਕਰਦਾ, ਕੌਮ ਦੀ ਸੇਵਾ ਕਰਦਾ ਰਿਹਾ ਹੈ, ਅੱਜ ਤਰਕ ਦਾ ਯੁੱਗ ਹੈ, ਅਸੀਂ ਇਹਨਾਂ ਘਟਨਾਵਾਂ ਤੇ ਸਵਾਲੀਆ ਚਿੰਨ ਲਾਉਂਦੇ ਹਾਂ, ਪਰ ਗੱਲ ਇੱਥੇ ਸ਼ੁੱਧ ਹਿਰਦੇ ਦੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਤਮਾ ਨਿਰਮਲ ਲੈ ਕੇ ਨਿਰਮਾਣਤਾ ਆਸਥਾ ਨਾਲ ਅਰਦਾਸ ਕਰੋ ਗੁਰੂ ਦੇ ਦਰ ਪ੍ਰਵਾਨ ਹੋ ਜਾਂਦੀ ਹੈ, ਨਿਹਾਲ ਸਿੰਘ ਅਟਾਰੀ ਦੀ ਮੌਤ ਹੋ ਗਈ, ਮਹਾਰਾਜਾ ਰਣਜੀਤ ਸਿੰਘ ਤੰਦਰੁਸਤ ਹੋ ਗਿਆ, ਸ਼ਾਮ ਸਿੰਘ ਅਟਾਰੀ ਵਾਲੇ ਜਦੋਂ ਪੜ੍ਹਿਆ ਜਿੰਦਾਂ ਦੀ ਚਿੱਠੀ ਦੇ ਵਿੱਚ ਇਹ ਹਵਾਲਾ, ਉਹਦੇ ਰੌਂਗਟੇ ਖੜੇ ਹੋ ਗਏ, ਉਹਨੇ ਅਰਦਾਸ ਕੀਤੀ ਹੇ ਪਾਤਸ਼ਾਹ ਮੈਂ ਮੈਦਾਨੇ ਜੰਗ ਨੂੰ ਚੱਲਿਆ ਹੈ, ਮੁੜਾ ਤੇ ਜਿੱਤ ਕੇ ਮੁੜਾ, ਅਗਰ ਜਿੱਤ ਨਾ ਸਕਾਂ ਤੇ ਸਭਰਾਵਾਂ ਦੇ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਜਾਵਾਂ, ਚੜਿਆ ਹੈ ਘੋੜੇ ਤੇ ਜਦੋਂ ਤੁਰਨ ਲੱਗਾ ਨਾ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਧਰਮ ਪਤਨੀ ਸਰਦਾਰ ਨਹੀਂ ਦੇਸਾ, ਉਹਨੇ ਆ ਕੇ ਸਰਦਾਰ ਦੇ ਘੋੜੇ ਦੀਆਂ ਵਾਗਾਂ ਫੜ ਲਈਆਂ, ਦੇਸਾਂ ਜਾਣਦੀ ਹੈ ਸਰਦਾਰ ਸਾਰੀ ਰਾਤ ਪਾਸੇ ਪਰਤਦਾ ਰਿਹਾ, ਸਰਦਾਰ ਦੀ ਜ਼ਿੰਦਗੀ ਦੀ ਪਹਿਲੀ ਰਾਤ ਹੈ ਜਿਹੜੀ ਇੰਨੀ ਬੇਆਰਾਮੀ ਦੇ ਵਿੱਚ ਸ਼ਾਮ ਸਿੰਘ ਅਟਾਰੀ ਵਾਲੇ ਨੇ ਗੁਜ਼ਾਰੀ, ਦੇਸਾਂ ਨੂੰ ਪਤਾ ਹੈ ਨਿਤਨੇਮ ਕਰਨ ਤੋਂ ਬਾਅਦ ਸੁੱਖ ਦੀ ਨੀਂਦ ਸੌਣ ਵਾਲਾ ਹੈ, ਸਰਦਾਰ ਮੇਰਾ ਸਾਰੀ ਰਾਤ ਪਾਸੇ ਪਰਤਦਾ ਰਿਹਾ, ਇਹਦੇ ਹਿਰਦੇ ਵਿੱਚ ਕੋਈ ਦਰਦ ਹੈ ਵਿਆਕਲ ਹੈ, ਘੋੜੇ ਤੇ ਚੜਿਆ ਸੀ ਸਰਦਾਰ, ਹੁਣ ਦੇਸਾਂ ਨੇ ਅੱਗਾ ਮਲ ਲਿਆ ਤੇ ਘੋੜੇ ਦੀਆਂ ਵਾਗਾਂ ਫੜੀਆਂ ਨੇ ਹੱਥਾਂ ਵਿੱਚ ਹੈ, ਦੇਸਾਂ ਸਵਾਲ ਕਰਦੀ ਹੈ ਸਵਾਮੀ ਦੇਵ ਮੈਦਾਨੇ ਜੰਗ ਨੂੰ ਚੱਲੇ ਹੋ, ਮੇਰਾ ਸਵਾਲ ਹੈ ਇਹ ਦੱਸੋ ਅੱਜ ਦੇ ਵਿਛੜੇ ਹੋਏ ਜ਼ਿੰਦਗੀ ਵਿੱਚ ਦੁਬਾਰਾ ਮੈਨੂੰ ਸਰੀਰ ਕਰਕੇ ਕਦੋਂ ਮਿਲੋਗੇ, ਜਦੋਂ ਇਹ ਸਵਾਲ ਸਰਦਾਰ ਨੇ ਦੇਸਾਂ ਨੇ ਕੀਤਾ ਫਿਰ ਤੱਕੀਏ ਪਵਿੱਤਰ ਇਰਾਦੇ ਹਿਰਦੇ ਦਾ ਮਾਲਕ ਸ਼ਾਮ ਸਿੰਘ ਅਟਾਰੀ ਵਾਲਾ ਦੇਸਾਂ ਦੇ ਸਵਾਲ ਦਾ ਉੱਤਰ ਕੀ ਦਿੰਦਾ ਹੈ, ਕਿਉਂ ਬੇਨਤੀ ਹੈ ਜੀ, ਫੜ ਵਾਕਾਂ ਦੇਸਾਂ ਬੋਲਦੀ ਕੁਝ ਦੱਸ ਜਾਂਦੀ ਵੇਰ ਤੂੰ ਜੇ ਚੱਲਿਆ ਸਾਈਆਂ ਸਿਰ ਦਿਆ ਦੱਸ ਕਦੋਂ ਮਿਲੇਗਾ ਫੇਰ ਤੂੰ ਜੇ ਚੱਲਿਆ ਸਾਈਆਂ ਸਭ ਸਾਈਆਂ ਦਾ ਭਣ ਟੁੱਟੀਆਂ ਕਦੇ ਹੁਣ ਫੇਰ ਮਿਲਾਪ ਨਹੀਂ ਨੀ ਗੱਲ ਸੁਣ ਲੈਣੀ ਦੇਸਾ ਰਾਣੀਏ ਮਿਲ ਵਹਿਦੀ ਰੱਖੀ ਝਾਕਣਾ ਨੀ ਗੱਲ ਸੁਣ ਲੈਣੀ ਦੇਸਾ ਲਾ ਤੌਂਸੇ ਚੋਟ ਮਿਲ ਵਹਿਦੇ ਬੰਨ ਕੇ ਮੇਰੇ ਸਾਥੀ ਰਹੇ ਅਡੀਕ ਨੀ ਦੁੱਧ ਚੁੰਗ ਕੇ ਸ਼ੀੜੀ ਮਾਂ ਦਾ ਤੱਤੇ
ਬੇਸ਼ੱਕਦੀ ਪੈ ਜਾਣਾ, ਬੇਸ਼ੱਕਦੀ ਪੈ ਜਾਣਾ। ਪਿੰਜਰੇ ਕਦੇ ਸ਼ੇਰਾਂ ਨੇ ਖਾਧੇ ਕਾਸ ਨਾਨੀ, ਗੱਲ ਸੁਣ ਲੈਣੀ ਦੇਸਾ ਰਾਣੀ ਨੇ ਮਿਲਣਾ ਮਿਹਤੀ ਰੱਖੀ ਝਾਕ ਨਾਨੀ, ਗੱਲ ਸੁਣ ਲੈਣੀ ਦੇਸਾ ਦਿਲ ਦਰਦ ਵਿਛੋੜੇ ਵਾਲੀਆਂ ਮੇਰੇ ਦਿਲ ਵਿੱਚ ਤੰਗਾ ਉੱਠੀਆਂ ਰੰਗ ਦੀ ਜੋ ਪੈ ਗਈਆਂ ਨਰਦਾ ਉੱਠੀਆਂ ਤੇ ਜਹਾ ਨਿਸ਼ਾਨੀ ਹੋ ਦੇ ਜਾ ਨਿਸ਼ਾਨੀ ਆਖਰੀ ਤੇ ਸਾਤ ਕਰਕੇ ਮੇਹਰ ਤੂੰ ਜੇ ਚੱਲਿਆ ਸਾਈਆਂ ਸਿਰ ਦੀਆਂ ਦੱਸ ਕਦੋਂ ਮਿਲੇਗਾ ਫੇਰ ਤੂੰ ਜੇ ਚੱਲਿਆ ਸਾਈਆਂ ਲਾਤੇ ਤੋਂ ਚੱਟ ਮਿਆਂ ਤਾਈ ਦੇਸਾਂ ਦੇ ਹੱਥ ਫੜਾ ਦਿੱਤਾ ਇਹ ਜਾਦ ਜਿੰਦਾ ਜਿਰ ਮੈਲ ਦੀ ਹਸਮੁਖ ਦੇ ਕਬਰ ਮਾ ਦਿੱਤਾ ਹੋ ਜਮਾ ਸੁਰਖਰੂ ਹੋ ਜਮਾ ਸੁਰਖਰੂ ਜਗ ਚੋਂ ਜੇ ਨਿਭਜੇ ਪਰਨ ਸਵਾ ਸਨਾਣੀ ਗੱਲ ਸੁਣ ਲੈਣੀ ਦੇਸਾ ਰਾਣੀਏ ਮਿਲੇ ਮਿਹਤੀ ਰੱਖੀ ਝਾਕ ਨਾਨੀ ਗੱਲ ਸੁਣ ਲੈਣੀ ਦੇਸਾ ਬਾਬਾ ਰਤਨ ਸਿੰਘ ਵੱਡੇ ਸਭਰਾਵਾਂ ਵਾਲੇ ਪਿਆਰ ਭੇਜਦੇ ਨੇ ਧੰਨਵਾਦ ਕਰਦਾ ਹਾਂ ਢਾਡੀ ਜਰਮਨਜੀਤ ਸਿੰਘ ਜੋ ਵਿਛੜ ਚੁੱਕੇ ਹੈ ਉਹਨਾਂ ਦੀ ਯਾਦ ਅੰਦਰ ਜਥੇਦਾਰ ਬਾਬਾ ਸੁਖਮੰਦਰ ਸਿੰਘ ਜੀ ਉਹ ਮਾਇਆ ਭੇਜਦੇ ਆ ਸਵਰਗਵਾਸੀ ਜਗਮੀਤ ਸਿੰਘ ਜਗਜੀਤ ਸਿੰਘ ਜੀ ਜੱਗਾ ਸਵਰਗਵਾਸੀ ਸਰਦਾਰ ਬੋੜ ਸਿੰਘ ਇਹਨਾਂ ਸਾਰੇ ਵੀਰਾਂ ਨੂੰ ਯਾਦ ਕਰਦਿਆਂ ਸੁਖਮੰਦਰ ਸਿੰਘ ਵੱਲੋਂ ਪਿਆਰ ਆ ਜਾ ਰਿਹਾ ਮਾੜਾ ਬੰਦਾ ਮਰ ਜੇ ਨਾ ਸਾਧ ਸੰਗਤ ਉਹਨੂੰ ਘਰਦੇ ਵੀ ਭੁੱਲ ਜਾਂਦੇ ਵੀ ਚੰਗਾ ਬਲਾ ਗਲੋਂ ਲੈ ਗਈ ਜੇ ਚੰਗਾ ਮਨੁੱਖ ਗੁਣੀ ਮਨੁੱਖ ਨੇਕ ਬੰਦਾ ਦੁਨੀਆਂ ਤੋਂ ਤੁਰ ਜਾਂਦਾ ਨਾ ਉਹ ਸੱਲ ਉਹਦਾ ਸਦਾ ਰੜਕਦਾ ਏ ਔਰ ਉਹ ਖਾਲੀ ਥਾਂ ਕਦੇ ਵੀ ਨਹੀਂ ਭਰਦੀ ਜਰਮਨਜੀਤ ਸਿੰਘ ਬਹੁਤ ਪਿਆਰਾ ਬੱਚਾ ਬੜਾ ਹਿਸਟਰੀ ਨਾਲ ਮੋਹ ਰੱਖਣ ਵਾਲਾ ਲਗਾਓ ਰੱਖਣ ਵਾਲਾ ਮੈਂ ਅਨੇਕ ਪ੍ਰੋਗਰਾਮਾਂ 'ਤੇ ਉਹਨੂੰ ਭੇਜਿਆ ਅੱਜ ਵੀ ਉਹਨੂੰ ਲੋਕ ਯਾਦ ਕਰਦੇ ਨੇ ਸੋ ਬੜਾ ਗੁਣੀ ਮੁੰਡਾ ਪੈਦਾ ਕੀਤਾ ਸੀ ਬਾਬਿਆਂ ਨੇ ਪਰ ਸਮੇਂ ਦਾ ਗੇੜ ਹੈ ਵੇਖੋ ਇਹ ਜਿਹੜੀ ਹੋਣੀ ਹੈ ਇਹ ਟਲਦੀ ਨਹੀਂ ਹੀਰਾ ਸਾਡੇ ਤੋਂ ਮੌਤ ਨੇ ਖੋਇਆ ਹੈ ਵਾਹਿਗੁਰੂ ਵਿਛੜੇ ਹੋਏ ਵੀਰਾਂ ਨੂੰ ਚਰਨਾਂ ਵਿੱਚ ਨਿਵਾਸ ਨਹੀਂਆਂ ਨੂੰ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਇੰਦਰਜੀਤ ਸਿੰਘ ਜੀ ਸੌ ਦਮੜਾ ਭੇਜਦੇ ਹੈ ਵੀਰ ਜੋਗਾ ਸਿੰਘ ਜੀ ਸੌ ਦਮੜਾ ਭੇਜਦੇ ਹੈ ਬਾਬਾ ਅਵਤਾਰ ਸਿੰਘ ਜੀ ਚੰਦ ਮਖੂ ਵਾਲੇ ਉਹਨਾਂ ਵੱਲੋਂ ਵੀ ਪਿਆਰ ਭੇਜਿਆ ਗਿਆ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਮੈਂ ਗੱਲ ਕੀਤੀ ਹੈ ਦੇਸਾਂ ਦੀ ਔਰ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੋ ਸ਼ਬਦ ਇੱਕ ਵਿਛੋੜਾ ਅਤੇ ਦੂਜਾ ਮਿਲਾਪ ਇਹਨਾਂ ਦੀ ਪਰਿਭਾਸ਼ਾ ਦੱਸਣ ਦੀ ਲੋੜ ਨਹੀਂ ਮਿਲਾਪ ਖੁਸ਼ੀ ਦਾ ਪ੍ਰਤੀਕ ਹੈ ਵਿਛੋੜਾ ਪੀੜਾਂ ਦਾ ਪ੍ਰਤੀਕ ਹੈ ਦੁੱਖ ਝੋਲੀ ਵਿੱਚ ਪੈ ਜਾਂਦੇ ਅਗਰ ਵਿਛੋੜੇ ਤੋਂ ਬਾਅਦ ਮਿਲਾਪ ਹੋਵੇ ਜ਼ਿੰਦਗੀ ਵਿੱਚ ਖੇੜਾ ਆ ਜਾਂਦਾ ਹੈ ਆਨੰਦ ਆ ਜਾਂਦਾ ਹੈ ਖੁਸ਼ੀ ਮੌਲਦੀ ਹੈ ਮਿਲਾਪ ਤੋਂ ਬਾਅਦ ਵਿਛੋੜਾ ਹੋਵੇ ਤੇ ਯਾਦ ਰੱਖੋ ਕਾਲਜੇ ਵਿੱਚ ਚੀਸਾਂ ਪੈਂਦੀਆਂ ਜਿੰਦਾ ਸਵਾਲ ਕਰਦੀ ਸਰਦਾਰ ਜੀ ਚੱਲੇ ਹੋ ਕਦੋਂ ਮਿਲੋਗੇ ਸ਼ਾਮ ਸਿੰਘ ਅਟਾਰੀ ਵਾਲੇ ਨੇ ਕਹਿ ਦਿੱਤਾ ਸਰੀਰ ਕਰਕੇ ਦੀਦਾਰ ਨਹੀਂ ਹੋਣਗੇ ਪ੍ਰਾਣ ਧਰਮ ਦੇ ਲੇਖੇ ਲਾ ਕੇ ਜ਼ਿੰਦਗੀ ਨਿਛਾਵਰ ਕਰ ਜਾਵਾਂ ਜਦੋਂ ਸਰਦਾਰ ਨੇ ਵਿਛੜਨ ਦੀ ਗੱਲ ਕੀਤੀ ਦੇਸਾਂ ਨੇ ਆਖਿਆ ਸਰਦਾਰਾ ਮੈਂ ਤੇ ਕਦੇ ਤੇਰਾ ਦੀਦਾਰ ਕੀਤੇ ਤੋਂ ਬਿਨਾਂ ਪ੍ਰਸ਼ਾਦਾ ਨਹੀਂ ਗ੍ਰਹਿਣ ਕੀਤਾ ਵਿਛੋੜੇ ਦੀ ਇੱਕ ਘੜੀ ਯੁੱਗ ਵਰਗੀ ਬਣ ਜਾਏਗੀ ਸਰਦਾਰਾ ਮੈਂ ਕੀ ਕਰਾਂਗੀ ਜ਼ਿੰਦਗੀ ਵਿੱਚ ਹੈ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਕਹਿੰਦੇ ਸੱਖਣਾ ਮਿਆਂਡ ਦੇਸਾਂ ਦੇ ਹਵਾਲੇ ਕਰਕੇ ਬਖਸ਼ਿਸ਼ ਕੀਤੀ ਪਿਆਰ ਦੇ ਨਾਲ ਆਖਿਆ ਦੇਸਾਂ ਆ ਲੈ ਖਾਲੀ ਮਿਆਂਡ ਨਿਤਨੇਮ ਕਰਨ ਤੋਂ ਬਾਅਦ ਜਦੋਂ ਇਹਦਾ ਦਰਸ਼ਨ ਕਰਿਆ ਕਰੇਂਗੀ ਤੇਰੀਆਂ ਨਜ਼ਰਾਂ ਦੇ ਸਾਹਮਣੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਤਸਵੀਰ ਆ ਜਾਇਆ ਕਰੇ
ਕਈ ਬੰਦੇ ਸਵਾਲ ਕਰਦੇ ਵੀ ਐਵੇਂ ਕਦੇ ਵਾਪਰ ਸਕਦਾ ਹੈ? ਵਾਪਰਿਆ ਸਾਡੇ ਇਤਿਹਾਸ ਅੰਦਰ, ਕਦੇ ਨੰਦੇੜ ਤੋਂ ਵਿਛੜਨ ਲੱਗੀ ਮਾਤਾ ਸਾਹਿਬ ਕੌਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਚਨ ਕਰਦੀ ਹੈ, ਦਾਤਾ ਮੈਂ ਅੰਨ ਨਹੀਂ ਗ੍ਰਹਿਣ ਕਰਦੀ ਜਿੰਨਾ ਚਿਰ ਤੁਹਾਡਾ ਦੀਦਾਰ ਨਹੀਂ ਹੁੰਦਾ। ਤੁਸੀਂ ਕਹਿੰਦੇ ਹੋ ਦਿੱਲੀ ਚਲੀ ਜਾਵਾਂ, ਤੁਹਾਡਾ ਦਰਸ਼ਨ ਕਿਵੇਂ ਕਰਾਂਗੇ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਸਤਰ ਬਖਸ਼ਿਸ਼ ਕੀਤੇ ਨੇ ਮਾਤਾ ਸਾਹਿਬ ਕੌਰਾਂ ਨੂੰ, ਨਿਤਨੇਮ ਕਰਨ ਤੋਂ ਬਾਅਦ ਦਾ ਦੀਦਾਰ ਕਰਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਸਵੀਰ ਨਜ਼ਰ ਆਇਆ ਕਰੇ। ਸਿੱਖ ਦੋ ਚੀਜ਼ਾਂ ਦੀ ਪੂਜਾ ਕਰਦਾ ਹੈ, ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਔਰ ਇੱਕ ਸ਼ਸਤਰਾਂ ਦੇ। ਨਿਹੰਗ ਸਿੰਘਾਂ ਦੀਆਂ ਸੰਪਰਦਾਵਾਂ ਪ੍ਰਣਾਲੀਆਂ ਵਿੱਚ ਜਾ ਕੇ ਵੇਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਉੱਥੇ ਤੇਗੇ ਬਰਛੇ ਢਾਲੇ ਸ਼ਸਤਰ ਨੇ, ਸੋ ਜੋ ਸਾਡੇ ਰਵਾਇਤੀ ਕੌਮ ਦੇ ਉਹਨਾਂ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਉਦੋਂ ਆਪਾਂ ਦੋ ਚੀਜ਼ਾਂ ਨੂੰ ਮੱਥਾ ਟੇਕਦੇ, ਇੱਕ ਗ੍ਰੰਥ ਨੂੰ, ਇੱਕ ਸ਼ਸਤਰਾਂ ਨੂੰ, ਕਿਉਂਕਿ ਕਲਗੀਆਂ ਵਾਲੇ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਆਖਿਆ ਸੀ ਇਹਨਾਂ ਵਿੱਚੋਂ ਵੀ ਸਾਡਾ ਦੀਦਾਰ ਹੋਏਗਾ। ਇਤਿਹਾਸ ਦੁਹਰਾਇਆ ਗਿਆ, ਸ਼ਾਮ ਸਿੰਘ ਅਟਾਰੀ ਵਾਲੇ ਤੋਂ ਮਿਆਨ ਤੇ ਸਤਿਕਾਰ ਦੇ ਨਾਲ ਦੇਸਾਂ ਨੇ ਫੜ ਲਿਆ। ਹੁਣ ਉਹ ਸਰਦਾਰ ਜਿਹੜਾ ਮੈਦਾਨੇ ਜੰਗ ਨੂੰ ਚੱਲਿਆ ਹੈ, ਜਦੋਂ ਪਰਿਵਾਰ ਵੱਲ ਆਖਰੀ ਨਜ਼ਰ ਮਾਰ ਕੇ ਤੱਕਦਾ, ਪਹਿਲਾਂ ਫਤਿਹ ਸਾਂਝੀ ਕਰਨ ਲੱਗਾ, ਰੁਕ ਗਿਆ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ। ਰੁਕਿਆ ਕਿਉਂ? ਇਹਦਾ ਮੈਂ ਖੁਲਾਸਾ ਕਰਨਾ ਚਾਹੁੰਦਾ। ਆਰੰਭਤਾ 'ਚ ਬੇਨਤੀ ਕੀਤੀ ਸੀ ਕੁਰਬਾਨੀ ਔਰ ਭਾਣਾ, ਇਹ ਜਿਨ੍ਹਾਂ ਨੇ ਮੰਨਿਆ ਨਾ ਭਾਣਾ ਉਹਨਾਂ ਨੂੰ ਪੁੱਛ ਕੇ ਵੇਖੋ, ਜਾਂ ਜਿਨ੍ਹਾਂ ਕੁਰਬਾਨੀਆਂ ਕੀਤੀਆਂ ਕੋਈ ਸੌਖਾ ਕੰਮ ਲਈ, ਧਰਮ ਦੀ ਖਾਤਰ ਪ੍ਰਾਣ ਨਿਸ਼ਾਵਰ ਕਰਦੇ ਨੇ। ਵੇਖੋ ਆਪਦੀਆਂ ਗਰਜਾਂ ਲਈ ਲੱਖਾਂ ਲੋਕ ਮਰਦੇ ਹੈ, ਪਰ ਧਰਮ ਦੀ ਖਾਤਰ ਕੁਰਬਾਨੀ ਕਰਨ ਲਈ, ਇਹ ਵਿਰਲੇ ਸੂਰਮਿਆਂ ਦੇ ਹਿੱਸੇ ਆਉਂਦਾ, ਉਹਨਾਂ ਦੇ ਹਿੱਸੇ ਆਉਂਦਾ ਹੈ ਜਿਨ੍ਹਾਂ ਦੀ ਪੂਰਬਲੀ ਭਗਤੀ ਵੱਡੀ ਹੈ, ਜਿਨ੍ਹਾਂ ਦੀ ਮਾਵਾਂ ਦੀ ਬੰਦਗੀ ਹੈ। ਉਹ ਫਿਰ ਸੂਰਮੇ ਪੁੱਤ ਪੈਦਾ ਕਰਦੀਆਂ, ਕੌਮ ਦੀ ਵਿਗੜੀ ਸਵਾਰਨੀ ਜਿਹੜੇ ਮੌਤ ਨੂੰ ਗੱਲ ਆ ਲੈਂਦੇ। ਸ਼ਾਮ ਸਿੰਘ ਅਟਾਰੀ ਵਾਲਾ ਲੱਗਾ ਹੈ ਤੁਰਨ, ਸਾਰੇ ਇਲਾਕੇ ਦੇ ਲੋਕ ਬੁੱਢੇ ਜਰਨੈਲ ਦੇ ਦੀਦਾਰ ਕਰਨ ਵਾਸਤੇ ਅਟਾਰੀ ਦੀ ਧਰਤੀ ਤੇ ਪਹੁੰਚੇ ਹੋਏ। ਮੈਂ ਇੱਕ ਬੇਨਤੀ ਕਰਾਂ, ਜਿਹੜੇ ਦਿਨਾਂ ਵਿੱਚ ਸਰਦਾਰ ਤੁਰਨ ਲੱਗਾ, ਬਿਮਾਰ ਤਾਂ ਨਹੀਂ ਪਰ ਉਹਦੀ ਹਾਲਤ ਜਿਹੜੀ ਇਤਿਹਾਸ ਅਨੁਸਾਰ ਬਿਮਾਰਾਂ ਦੇ ਨਾਲੋਂ ਵੀ ਭੈੜੀ ਹੈ, ਉਹਦੇ ਕੁਝ ਕਾਰਨ ਸਨ। ਸਰਦਾਰ ਦਾ ਜਵਾਈ ਕਵਰ ਨੌਨਿਹਾਲ ਸਿੰਘ ਨੂੰ ਛੱਜੇ ਦੇ ਥੱਲੇ ਦੇ ਕੇ ਡੋਗਰਿਆਂ ਨੇ ਮਾਰ ਦਿੱਤਾ ਹੈ। ਸਰਦਾਰ ਦੀ ਧੀ ਨਾਨਕੀ ਉਹਨੂੰ ਜ਼ਹਿਰ ਦੇ ਕੇ ਜ਼ਾਲਮ ਡੋਗਰਿਆਂ ਨੇ ਮਰਵਾ ਦਿੱਤਾ, ਗੋਲੀਆਂ ਤੇ ਦਾਸੀਆਂ ਨੂੰ ਖਰੀਦ ਕੇ। ਹੁਣ ਧੀ ਦੀ ਮੌਤ ਹੋਈ, ਜਵਾਈ ਦੀ ਮੌਤ ਹੋਈ, ਬੰਦੇ ਦਾ ਲੱਕ ਨਹੀਂ ਟੁੱਟ ਜਾਂਦਾ? ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੇ ਦੋ ਪੁੱਤ ਸਨ, ਕਾਹਨ ਸਿੰਘ ਔਰ ਸਰਦਾਰ ਠਾਕਰ ਸਿੰਘ, ਜਿਹੜਾ ਵੱਡਾ ਠਾਕਰ ਸਿੰਘ ਹੈ ਨਾ, ਉਹ ਆਪਦੇ ਦੋ ਫੁੱਲਾਂ ਵਰਗੇ ਬੱਚੇ ਛੱਡ ਕੇ ਦੁਨੀਆਂ ਤੇ ਇਸ ਦੁਨੀਆਂ ਤੋਂ ਤੁਰ ਗਿਆ। ਧੀ ਦੀ ਮੌਤ ਹੋ ਗਈ, ਜਵਾਈ ਦੀ ਮੌਤ ਹੋ ਗਈ, ਤੀਜੀ ਗੱਭਰੂ ਪੁੱਤ ਦੀ ਜਵਾਨੀ ਵਿੱਚ ਮੌਤ ਹੋ ਗਈ। ਇਹਨਾਂ ਤਿੰਨ ਮੌਤਾਂ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਝੰਜੋੜ ਕੇ ਰੱਖ ਦਿੱਤਾ। ਘਰ ਦਾ ਜੀ ਪ੍ਰਦੇਸ਼ ਨੂੰ ਤੁਰਨ ਲੱਗੇ ਨਾ ਤਾਂ ਹੀ ਨਿਕਲਦੀਆਂ ਹੈ, ਅਤੇ ਸ਼ਾਮ ਸਿੰਘ ਅਟਾਰੀ ਵਾਲਾ ਮੌਤ ਵਰਨ ਵਾਸਤੇ ਤੁਰਨ ਲੱਗਾ, ਪਰਿਵਾਰ ਖਲੋਤਾ। ਜਦੋਂ ਸਰਦਾਰ ਨੇ ਨਜ਼ਰ ਮਾਰ ਕੇ ਤੱਕਿਆ, ਸਿੱਖ ਇਤਿਹਾਸ ਦੇ ਪੰਨਿਆਂ ਦੇ ਅਨੁਸਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਨਜ਼ਰ ਪਈ ਵਿਧਵਾ ਨੂੰਹ ਦੇ ਉੱਤੇ, ਜਿਹੜੀ ਆਪਦੇ ਸਿਰ ਦੇ ਉੱਤੇ ਚਿੱਟਾ ਕੱਪੜਾ ਲੈ ਕੇ ਖਲੋਤੀ ਹੈ, ਹੱਥ ਜੋੜ ਕੇ ਪੱਥਰ ਦਾ ਬੁੱਤ ਬਣ ਕੇ, ਵੀ ਅੱਜ ਮੇਰਾ ਪਿਤਾ ਮੈਦਾਨੇ ਜੰਗ ਨੂੰ ਤੁਰ ਚੱਲਿਆ, ਸਿਰ ਦਾ ਸਾਈਂ ਤੁਰ ਗਿਆ, ਪਿਓ ਦੇ ਸਾਏ ਦੇ ਥੱਲੇ ਰੱਬੀ ਸਾਇਆ ਸੀ ਪਿਤਾ ਜੀ ਦਾ, ਮੈਂ ਜ਼ਿੰਦਗੀ ਗੁਜ਼ਾਰ ਲੈਣੀ ਸੀ, ਹੁਣ ਕੀ ਕਰਾਂਗੀ, ਪਿਤਾ ਜੀ ਵੀ ਮੈਦਾਨੇ ਜੰਗ ਨੂੰ ਤੁਰਨ ਲੱਗੇ ਨੇ। ਜਦੋਂ ਅੱਖਾਂ ਵਿੱਚ ਨੂੰਹ ਲਾਡਲੀ ਨੂੰਹ ਦੇ ਹੰਝੂ ਵੇਖੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ, ਇਤਿਹਾਸ ਅਨੁਸਾਰ ਨੂੰਹ ਨੇ ਪਿਤਾ ਦੇ ਚਰਨਾਂ 'ਤੇ ਸਿਰ ਰੱਖ ਕੇ ਮੱਥਾ ਟੇਕ ਕੇ ਆਖਿਆ, ਪਿਤਾ ਜੀ ਤੁਹਾਡੀ ਅਸੀਸ ਤੋਂ ਅਸੀਂ ਸਦਾ ਵਾਸਤੇ ਵਾਂਝੇ ਹੋ ਚੱਲੇ। ਸਰਦਾਰ ਨੇ ਬਚਨ ਕੀਤਾ, ਡੋਲਣ ਦੀ ਲੋੜ ਨਹੀਂ, ਬਾਣੀ ਪੜ੍ਹਿਆ ਕਰੋ ਬੇਟਾ, ਆਹ ਜਿਹੜੇ ਮੇਰੇ ਦੋ ਪੋਤਰੇ ਹੈ, ਯਾਦ ਰੱਖ ਨਿਤਨੇਮ, ਬਾਣੀ ਦਾ ਪੱਲਾ ਨਹੀਂ ਛੱਡਣਾ, ਇਹਨਾਂ ਦੀ ਪਰਵਰਿਸ਼ ਕਰੀ, ਮੈਂ ਵਚਨ ਦੇ ਕੇ ਜਾਂਦਾ ਹੈ, ਇਹਨਾਂ ਦੇ ਵਿੱਚੋਂ ਤੈਨੂੰ ਮੇਰੇ ਪੁੱਤਰ ਠਾਕਰ ਸਿੰਘ ਦਾ ਦੀਦਾਰ ਹੋਇਆ ਕਰਿਆ। ਹੁਣ ਨੂੰਹ ਨੂੰ ਸਰਦਾਰ ਨੇ ਅਸੀਸ ਦਿੱਤੀ, ਵੇਖੋ ਕਿਹੜੇ ਮਾਹੌਲ ਵਿੱਚ ਮੈਦਾਨੇ ਜੰਗ ਨੂੰ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਤੁਰ ਰਿਹਾ। ਹੁਣ ਨੂੰਹ ਨੂੰ ਅਸੀਸ ਪਿਆਰ ਦੇਣ ਤੋਂ ਬਾਅਦ ਸ਼ਾਮ ਸਿੰਘ ਅਟਾਰੀ ਦੀ ਨਜ਼ਰ ਪੈਂਦੀ ਹੈ ਉਹ ਦੋ ਪੋਤਰੇ, ਜਦੋਂ ਘੋੜੇ 'ਤੇ ਸਰਦਾਰ ਸਵਾਰ ਹੋਣ ਲੱਗਾ ਅਤੇ ਡਡਿਆ ਕੇ ਸਰਦਾਰ ਦੀਆਂ ਲੱਤਾਂ ਨੂੰ ਫੁੱਲਾਂ ਵਰਗੇ ਦੋ ਬੱਚੇ ਚਿੰਬੜ ਗਏ। ਦਾਦਾ ਮੈਦਾਨੇ ਜੰਗ ਨੂੰ ਚੱਲਿਆ, ਮਾਸੂਮ ਬੱਚੇ ਦਾਦੇ ਦੀਆਂ ਲੱਤਾਂ ਨੂੰ ਚਿੰਬੜੇ ਹੈ, ਇੱਕ ਸੱਜੀ ਲੱਤ ਨੂੰ ਅਤੇ ਇੱਕ ਖੱਬੀ ਲੱਤ ਨੂੰ, ਮਾਨੋ ਮੋਹ ਦੀ ਐਸੀ ਜ਼ੰਜੀਰ ਵੱਜ ਗਈ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀਆਂ ਲੱਤਾਂ ਨੂੰ ਉਹ ਤੁਰਨ ਦਾ ਹੀਆ ਨਹੀਂ ਕਰ ਸਕਦਾ, ਮੋਤੀਆਂ ਵਰਗੇ ਹੰਝੂ ਸਨ ਬੱਚਿਆਂ ਦੀਆਂ ਅੱਖਾਂ ਵਿੱਚ, ਵਿਆਕਲ ਹੋਏ ਉਹ ਤਰਸ ਦੀ ਮੂਰਤ ਬਣੇ ਖੜੇ। ਉਦੋਂ ਘੁੱਟ ਕੇ ਕਲਾਵੇ ਵਿੱਚ ਲੈ ਕੇ ਉਹਨਾਂ ਦੀਆਂ ਅੱਖਾਂ ਪੂੰਝ ਕੇ ਉਹਨਾਂ ਦੇ ਮੂੰਹ ਚਮਕੇ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਪਤਾ ਕੀ ਆਖਿਆ? ਸਰਦਾਰ ਦੇ ਬਚਨ ਸਨ, ਬੇਟਾ ਕਦੇ ਬਹਾਦਰਾਂ ਦੀ ਉਮਤ ਅੱਖਾਂ ਵਿੱਚ ਹੰਝੂ ਨਹੀਂ ਲਿਆਉਂਦੇ, ਤੁਸੀਂ ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ ਦੀ ਉਮਤ
जिन्हें आपां निशावर कीता। तुहाडा दादा शाम सिंह अटारी अज मैदान ने जंग नूं तुरन लगा है ते उन्हां बच्चियां ने तोतली जबान विचों आख्या सी बापू साडा पिता दुनिया तो तुर गया ते जदों तेरी गोद विच बहिने सा सानू प्यो की कमी नहीं सी महसूस हुंदी अज तू तुर चलिया ते साडा वाली वारस कौन है कि उदों कालजे दा रुग नहीं भरिया होएगा सरदार शाम सिंह अटारी वाले दा कहि देना भी फलानी ने कुरबानी की ते जां भाणा मन्निया वेखो जिगरे वाला ते धर्मी पुरख ही ऐसे माहौल विचों लाड़ी मौत वरन वास्ते तुरदा पोतरिया नूं कुट के ला के कालजे दे के सिर ते प्यार सरदार ने आख्या डोलना नहीं मैं शरीर करके कदे तुहानूं मिलांगा नहीं पर रूहानी तौर ते कदे अरदास करोगे ते तुहाडियां अखां दे सामने तुहाडे दादे दी तस्वीर आ जा करेगी। यह इतिहास है सरदार शाम सिंह अटारी वाले दा उन्हें अरदास कीती सी मुड़ा ते जित के मुड़ा अगर जित ना सका सभरावां दे मैदाने जंग विच शहीद हो जा हुण लै के सरदारां दा कारम है शाम सिंह अटारी वाला आ गया वड्डे सभरावां दे कच्चे किले विच जिथे 5 फरवरी नूं मेला मनाया जा ਉੱਥੇ 9 ਫਰਵਰੀ 1846 ਦੀ ਰਾਤ ਸਰਦਾਰ ਨੇ ਆ ਕੇ ਕੱਟੇ। ਤੇਜਾ ਸਿੰਘ ਲਾਲ ਸਿੰਘ ਨੂੰ ਪਤਾ ਲੱਗਾ ਉਹਨਾਂ ਆਖਿਆ ਸਰਦਾਰਾ ਤੇਰਾ ਵਟਿਆ ਕੁਝ ਨਹੀਂ ਜਾਣਾ ਅਸੀਂ ਅੰਗਰੇਜ਼ ਨਾਲ ਰਲ ਚੁੱਕੇ ਹਾਂ ਸਾਡਾ ਸਾਥ ਦੇਂਗਾ ਤੈਨੂੰ ਮਰਾਬੇ ਮਿਲਣਗੇ ਤੈਨੂੰ ਜਗੀਰਾਂ ਮਿਲਣਗੀਆਂ। ਹੁਣ ਵੇਖੋ ਜਿਹੜਾ ਬੰਦਾ ਧਰਮ ਨੂੰ ਉਭਾਰਨ ਦਾ ਪਰਨ ਕਰਕੇ ਅਰਦਾਸ ਕਰਕੇ ਤੁਰਿਆ ਹੈ ਤੇ ਉਹਦੀ ਫੌਜ ਦਾ ਹੀ ਕਮਾਂਡਰ ਨੂੰ ਆਖੇ ਵੀ ਮੈਂ ਦੁਸ਼ਮਣ ਨਾਲ ਰਲ ਗਿਆ ਤੇਰਾ ਵਟਿਆ ਕੁਝ ਨਹੀਂ ਜਾਣਾ ਤੇ ਉਹ ਫਿਰ ਕਿੱਡੇ ਜਿਗਰੇ ਵਾਲਾ ਜਿਹੜਾ ਫੇਰ ਵੀ ਪਰਵਾਹ ਨਹੀਂ ਕਰਦਾ ਮੈਦਾਨੇ ਜੰਗ ਵਿੱਚ ਸ਼ਮਸ਼ੀਰ ਲੈ ਕੇ ਵੈਰੀ ਨਾਲ ਜੂਝਦਾ। ਹੁਣ ਕੱਟ ਲਈ ਇੱਕ ਰਾਤ ਕੱਚੇ ਕਿਲੇ ਵਿੱਚ ਕੀਤਾ ਸਣ ਕੇ ਸੀ ਇਸ਼ਨਾਨ ਅਰਦਾਸ ਦੁਹਾ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਆਖਿਆ ਗਦਾਰੋ ਤੁਸੀਂ ਤੇ ਕੌਮ ਦੀ ਪਿੱਠ ਵਿੱਚ ਛੁਰਾ ਠੋਕ ਸਕਦੇ ਹੋ ਪਰ ਯਾਦ ਰੱਖੋ ਮੈਂ ਕਲਗੀਆਂ ਵਾਲੇ ਪਾਤਸ਼ਾਹ ਦਾ ਬਹਾਦਰ ਸਪੂਤ ਹਾਂ ਜਿੰਨਾ ਚਿਰ ਮੇਰੇ ਜਿਸਮ ਵਿੱਚ ਖੂਨ ਦਾ ਆਖਰੀ ਕਤਰਾ ਬਾਕੀ ਹੈ ਜਾਂ ਸਵਾਸ ਬਾਕੀ ਹੈ ਮੈਂ ਕੌਮ ਦੀ ਵਿਗੜੀ ਸਵਾਰਨ ਵਾਸਤੇ ਮੈਦਾਨੇ ਜੰਗ ਵਿੱਚ ਲੜਦਾ ਰਵਾਂਗਾ। ਸਤਲੁਜ ਦਰਿਆ ਤੇ ਬੰਨਿਆ ਸੀ ਬੇੜੀਆਂ ਦਾ ਪੁੱਲ ਫੌਜ ਸਰਦਾਰ ਦੀ ਹੋ ਗਈ ਹੈ ਦਰਿਆਓਂ ਪਾਰ ਭਾਵੇਂ ਇਸ ਮੈਦਾਨ ਦੇ ਵਿੱਚ ਇਹ ਕੋਈ 2 ਜਾਂ 4 ਕਿਲਿਆਂ ਦੀ ਬਾਤ ਨਹੀਂ ਜਿੱਥੋਂ ਤੱਕ ਉੱਚੇ ਥਾਂ ਤੇ ਚੜ ਕੇ ਨਜ਼ਰ ਮਾਰ ਕੇ ਵੇਖੋ ਵੈਰੀ ਦੇ ਮੋਰਚੇ ਸਨ ਤੇ ਦੂਜੇ ਬੰਨੇ ਸਰੋਪੀ ਇਸ ਮੌਕੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਕਿੱਧਰ ਜਾਏਗਾ ਪਰ ਅੰਗਰੇਜ਼ ਨੂੰ ਆਪਦੀ ਤਾਕਤ ਤੇ ਗਰੂਰ ਹੈ ਉਹ ਲੜ ਕੇ ਮੈਦਾਨ ਫਤਿਹ ਕਰਨਾ ਚਾਹੁੰਦਾ ਹੈ। ਦੂਜੇ ਬੰਨੇ ਸਰਦਾਰ ਆ ਗਿਆ ਅਤਲਾਹ ਦੇ ਦਿੱਤੀ ਡੋਗਰਿਆਂ ਨੇ ਅੰਗਰੇਜ਼ ਨੂੰ ਵੀ ਹੁਣ ਆਪਦਾ ਪ੍ਰਬੰਧ ਕਰ ਲੋ ਸ਼ਾਮ ਸਿੰਘ ਅਟਾਰੀ ਵਾਲਾ ਪਹੁੰਚ ਚੁੱਕਾ ਏ ਹੁਣ ਹੋ ਸਕਦਾ ਜੰਗ ਦਾ ਪਾਸਾ ਪਰਤ ਜਾਵੇ। ਤਗੜੇ ਹੱਲੇ 3 ਫਰੰਗੀ ਨੇ ਕੀਤੇ ਸਰਦਾਰਾਂ ਨੇ ਤੋਪਾਂ ਦੇ ਗੋਲੇ ਦਾਗੇ ਜਵਾਬੀ ਫਾਇਰਿੰਗ ਹੋਈ ਜਦੋਂ 4th ਭਾਰਾ ਹੱਲਾ ਫਰੰਗੀ ਨੇ ਤੋਪਾਂ ਦਾ ਕੀਤਾ ਇਤਿਹਾਸ ਪੜ੍ਹ ਕੇ ਵੇਖੋ ਸਰਦਾਰਾਂ ਦੀਆਂ ਤੋਪਾਂ ਨਾ ਚੱਲੀਆਂ। ਸਰਦਾਰ ਨੇ ਹੈਰਾਨ ਹੋ ਕੇ ਪੁੱਛਿਆ ਓਏ ਮੇਵਾ ਸਿੰਘ ਅਲਾਹੀ ਬਖਸ਼ ਹੈ ਮਾਖੇ ਖਾਂ ਕੀ ਗੱਲ ਹੈ ਅੱਜ ਸਾਡੀਆਂ ਤੋਪਾਂ ਕਿਉਂ ਨਹੀਂ ਚੱਲਦੀਆਂ। ਉਹਨਾਂ ਤੋਪਚੀਆਂ ਨੇ ਮੱਥੇ ਨੂੰ ਹੱਥ ਮਾਰ ਕੇ ਆਖਿਆ ਉਹ ਸਰਦਾਰਾ ਤੋਪਾਂ ਕਾਹਦੇ ਨਾਲ ਚੱਲਣ ਜਾਂ ਰੇਤ ਮਿਲਦੀ ਹੈ ਜਾਂ ਸਰੋਂ ਸਿੱਖ ਰਾਜ ਦੀ ਕਿਸਮਤ ਦੇ ਵਿਹੜੇ ਵਿੱਚ ਉਹਨਾਂ ਆਖਿਆ ਕਿਸੇ ਨੇ ਸੇਹ ਦਾ ਤਕਲਾ ਗੜ ਦਿੱਤਾ ਹੈ ਪਰ ਸਰਦਾਰਾ ਅਸੀਂ ਨਹੀਂ ਛਿੜਕਾਂਗੇ ਤੋਪਾਂ ਤੇ ਬੈਠਿਆਂ ਦੇ ਸਾਡੇ ਸਿਰ ਤਾਂ ਉੱਡ ਜਾਣਗੇ ਪਰ ਅਸੀਂ ਕਦੇ ਲਾਹੌਰ ਦਰਬਾਰ ਦੇ ਫੌਜ ਦੇ ਨਾਲ ਔਰ ਸੈਨਾਪਤੀਆਂ ਨਾਲ ਧੋਖਾ ਨਹੀਂ ਕਰਾਂਗੇ। ਹੁਣ ਤੋਪਾਂ ਨਕਾਰੀਆਂ ਤੋਪਚੀ ਡਟੇ ਹੋਏ ਸਰਦਾਰ ਦੇ ਹੱਥਾਂ ਵਿੱਚ ਤੇ ਗਏ ਐਨ ਮੌਕਾ ਤਾੜ ਕੇ ਜਿਹੜੇ ਡੋਗਰੇ ਗਦਾਰ ਸਨ ਤੇਜਾ ਸਿੰਘ ਤੇ ਲਾਲ ਸਿੰਘ ਮੈਦਾਨੇ ਜੰਗ ਵਿੱਚੋਂ ਦੌੜ ਗਏ ਔਰ ਜਾਂਦਿਆਂ ਜਾਂਦਿਆਂ ਪਾਪੀਆਂ ਨੇ ਬੇੜੀਆਂ ਦਾ ਪੁਲ ਤੋੜ ਦਿੱਤਾ। ਹੁਣ ਵੇਖੋ ਡੋਗਰਿਆਂ ਦੀਆਂ ਫੌਜਾਂ ਨੱਸ ਗਈਆਂ ਨੇ ਕੱਲਾ ਸ਼ਾਮ ਸਿੰਘ ਅਟਾਰੀ ਵਾਲਾ ਆਪਣੇ ਹਮਾਇਤੀਆਂ ਦੇ ਨਾਲ ਇਸ ਮੌਕੇ ਮੈਦਾਨੇ ਜੰਗ ਵਿੱਚ ਡਟਿਆ। ਕਲਗੀਆਂ ਵਾਲੇ ਪਾਤਸ਼ਾਹ ਦਾ ਫਰਮਾਨ ਹੈ ਕਿਉਂ ਕਰ ਅੱਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਗੁਰਦਨ ਬਾ ਸ਼ਮਸ਼ੀਰੇ ਦਸਤ ਹੈ ਜਦੋਂ ਸਾਰੇ ਹੀਲਿਆਂ ਤੋਂ ਪਾਣੀ ਲੰਘ ਜਾਂਦਾ ਹੈ ਉਦੋਂ ਫਿਰ ਧਰਮੀ ਦਾ ਧਰਮ ਤਲਵਾਰ ਦੀ ਵਰਤੋਂ ਕਰਦਾ। ਤੱਕੋ ਬੁੱਢਾ ਜਰਨੈਲ ਇਸ ਮੈਦਾਨੇ ਜੰਗ ਵਿੱਚ ਕੌਮ ਦੀ ਵਿਗੜੀ ਸਵਾਰਨ ਲਈ ਕਿਉਂ ਜੂਝਿਆ ਜੀ ਖਣਾ ਫੌਜ ਤਾਈ ਜੋੜਾ ਲੱਲਾ ਤਾਰ ਦਾ ਬੁੱਢੇ ਬਾਰੇ ਸ਼ੇਰ ਸੂਰਮਾ ਤੇ ਕਾਲਾ ਦਵਾ ਤੇ ਰਾਣ ਵਿੱਚ ਮਾਰਦਾ ਬੁੱਢੇ ਬਾਰੇ ਸ਼ੇਰ ਸੂਰਮਾ ਜੁੱਟੇ ਰਾਣ ਚ ਜਵਾਨ ਦੋਆ ਤਰਾ ਦੇ ਮੌਤ ਨੂੰ ਬਿਆਨ ਦੇਣ ਸਰਾਂ ਦੇ ਖਾਰ ਰੱਖਦੇ ਸੀ ਦਿਲ ਵਿੱਚ ਚਰਾ ਦੇ
ਚਰਾਵੇ ਲੱਕੇ ਫੈਸਲਾ ਕਰਨ ਨਾ ਜਿੱਤ ਹਾਰਦਾ ਬੁੱਢੇ ਵਾਲੇ ਸ਼ੇਰ ਸੂਰ ਮਾਤ ਕਾਵਾ ਕਵਾ ਗਰਾਂ ਵਿੱਚ ਮਾਰਦਾ ਈ ਬੁੱਢੇ ਵਾਲੇ ਸ਼ੇਰ ਸੂਰ ਮਾ ਓ ਚਿੱਟਾ ਪਾਣਾ ਅਤੇ ਚਿੱਟਾ ਘੋੜਾ ਸ਼ੇਰ ਦਾ ਅੱਤਵਾਦ ਕੀ ਓ ਵੈਰੀਆਂ ਨੂੰ ਘੇਰਦਾ ਰੰਗ ਲਾਲ ਸੂਆ ਭੱਖ ਦਾ ਦਲੇਰ ਦਾ ਰੰਗ ਲਾਲ ਸੂਆ ਭੱਖ ਦਾ ਦਲੇਰ ਦਾ ਜੈਸੇ ਟੇਕੇ ਫੁੱਲ ਖਿੜਿਆ ਅਨਾਰ ਦਾ ਬੁੱਢੇ ਵਾਲੇ ਸ਼ੇਰ ਸੂਰ ਮਾਤ ਕਾਵਾ ਕਵਾ ਗਰਾਂ ਵਿੱਚ ਮਾਰਦਾ ਬੁੱਢੇ ਵਾਲੇ ਸ਼ੇਰ ਸੂਰ ਮਾ ਓ ਤੋਪਾ ਚੱਲਣ ਤੋਂ ਹੋ ਗਈਆਂ ਨਤਾਰੀਆਂ ਬਰੂਦ ਬਿਨਾ ਸਾਰੀਆਂ ਤੇਜਾ ਸਿੰਘ ਲਾਲੂ ਕਰ ਗਏ ਗਦਾਰੀਆਂ ਤੇਜਾ ਸਿੰਘ ਲਾਲੂ ਕਰ ਗਏ ਗਦਾਰੀਆਂ ਉਹ ਪੱਖ ਪੂਰ ਗਏ ਗੋਰੀ ਸਰਕਾਰ ਦਾ ਬੁੱਢੇ ਵਾਲੇ ਸ਼ੇਰ ਸੂਰ ਮਾ ਤੇ ਕਾਵਾ ਕਵਾ ਦਰਾਂ ਵਿੱਚ ਮਾਰਦਾ ਈ ਬੁੱਢੇ ਵਾਲੇ ਸ਼ੇਰ ਸੂਰ ਮਾ ਯਾਰ ਛੱਡ ਤੁਰੇ ਸਾਥ ਉੱਥੇ ਯਾਰ ਦਾ ਬੁੱਢੇ ਵਾਲੇ ਸ਼ੇਰ ਸੂਰ ਮਾ ਤੇ ਕਾਵਾ ਕਵਾ ਗਰਾਂ ਵਿੱਚ ਮਾਰਦਾ ਬੁੱਢੇ ਵਾਲੇ ਸ਼ੇਰ ਸੂਰ ਮਾ ਮੱਝ ਗੋਲੀਆਂ ਉਹ ਦਲੀਰੋ ਲੀਰ ਜੀ ਕਿਆ ਖੂਨ ਨਾਲ ਰੰਗਿਆ ਸਰੀਰ ਜੀ ਟਿੱਕਾ ਧਰਤੀ ਤੇ ਸੂਰ ਮਾ ਅਖੀਰ ਜੀ ਕਰਤੀ ਤੇ ਸੂਰਮਾ ਅਖੀਰ ਜੀ ਥੰਮ ਪੈਗਾ ਸਿੱਖ ਰਾਜ ਦੇ ਮਨਾਰ ਦਾ ਬੁੱਢੇ ਵਾਲੇ ਸ਼ੇਰ ਸੂਰਮਾ ਤੇ ਕਾਵਾ ਕਵਾ ਗਰਾਂ ਵਿੱਚ ਮਾਰਦਾ ਈ ਬੁੱਢੇ ਵਾਲੇ ਸ਼ੇਰ ਸੂਰਮਾ ਗੈਰ ਤੇ ਰੋਜ਼ ਨੇ ਜਨਮ ਲੈਂਦੇ ਐ ਪਰ ਜੰਮ ਦੇ ਮਰਦ ਜਵਾਨ ਵਿਰਲੇ ਗੱਪਾਂ ਮਾਰ ਗੁਆਲ ਹਜ਼ਾਰ ਜਾਂਦੇ ਪੂਰੇ ਕੌਲ ਕਰਾਰ ਨਿਭਾਣ ਵਿਰਲੇ ਤੇ ਜਦੋਂ ਯਾਰ ਦੇ ਹੱਥ ਤਲਵਾਰ ਹੋਵੇ ਫਿਰ ਪੇਂਟ ਸੀਸ ਦੀ ਉਦੋਂ ਚੜਾਣ ਵਿਰਲੇ ਸ਼ਾਮ ਸਿੰਘ ਅਟਾਰੀ ਨੇ ਪ੍ਰਣ ਕੀਤਾ ਸੀ ਮੁੜਾਂ ਤੇ ਜਿੱਤ ਕੇ ਮੁੜਾਂ ਜਿੱਤ ਨਾ ਸਕਾਂ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਜਾਵਾਂ ਉਹ ਕਿੰਨੀ ਵੀਰਤਾ ਨਾਲ ਲੜਿਆ ਕਦੇ ਇਤਿਹਾਸ ਦੀ ਬੁਕਲ ਖੋਲ ਕੇ ਦਰਸ਼ਨ ਕਰਨ ਦਾ ਯਤਨ ਕਰੋ ਤਿੰਨ ਘੋੜੇ ਬਦਲੇ ਸਨ ਲੜਦਿਆਂ ਲੜਦਿਆਂ ਸਰਦਾਰ ਨੇ ਇੱਕ ਨੂੰ ਗੋਲੀਆਂ ਵੱਜ ਕੇ ਘੋੜਾ ਧਰਤੀ ਤੇ ਡਿੱਗਦਾ ਹੈ ਸ਼ਾਮ ਸਿੰਘ ਅਟਾਰੀ ਵਾਲਾ ਦੂਜੇ ਤੇ ਚੜ ਜਾਂਦਾ ਹੈ ਦੂਜਾ ਡਿੱਗਦਾ ਤੀਜੇ ਤੇ ਚੜ ਜਾਂਦਾ ਹੈ ਵੇਖੋ ਇੰਨੀ ਵੀਰਤਾ ਨਾਲ ਲੜਿਆ ਲੜਦਿਆਂ ਲੜਦਿਆਂ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦਾ ਹੱਥ ਇੰਨਾ ਸੁੱਜ ਗਿਆ ਤਵਾਰੀਖ ਦੱਸਦੀ ਹੈ ਵੀ ਤਲਵਾਰ ਦਾ ਕਬਜ਼ਾ ਬੁਰੀ ਤਰ੍ਹਾਂ ਸ਼ਾਮ ਸਿੰਘ ਅਟਾਰੀ ਵਾਲੇ ਦੇ ਹੱਥਾਂ ਦੇ ਅੰਦਰ ਐਨ ਤਸ ਚੁੱਕਾ ਹੈ ਗੋਲੀਆਂ ਵੱਜੀਆਂ ਛਾਤੀ ਦੇ ਵਿੱਚ ਮਰਦ ਧਰਤੀ ਤੇ ਡਿੱਗਾ ਉਧਰ ਜਾ ਕੇ ਇੱਕ ਸਹਾਇਕ ਨੇ ਅੰਗਰੇਜ਼ ਕਮਾਂਡਰ ਨੂੰ ਦੱਸਿਆ ਵੀ ਆਪਾਂ ਸਭਰਾਵਾਂ ਦਾ ਮੈਦਾਨ ਫਤਿਹ ਕਰ ਗਏ ਹਾਂ ਉਹ ਬੁੱਢਾ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਮੈਦਾਨੇ ਜੰਗ ਵਿੱਚ ਕੈਲ ਹੋ ਕੇ ਸ਼ਹੀਦ ਹੋ ਕੇ ਧਰਤੀ ਤੇ ਡਿੱਗਾ ਹੈ ਤੇ ਅੰਗਰੇਜ਼ ਕਮਾਂਡਰ ਨੇ ਪਤਾ ਕੀ ਆਖਿਆ ਉਹਨੇ ਆਖਿਆ ਮੈਨੂੰ ਓਨਾ ਚਿਰ ਯਕੀਨ ਨਹੀਂ ਅਸੀਂ ਜਿੱਤੇ ਆ ਕੇ ਹਾਰੇ ਜਿੰਨਾ ਚਿਰ ਜਾ ਕੇ ਮੈਂ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦਾ ਦੀਦਾਰ ਨਹੀਂ ਕਰ ਲੈਂਦਾ
ਆਇਆ ਅੰਗਰੇਜ਼ ਕਮਾਂਡਰ, ਦੁਸ਼ਮਣ ਦੀ ਫੌਜ ਦਾ ਆਗੂ, ਉਹ ਆ ਕੇ ਸ਼ਾਮ ਸਿੰਘ ਅਟਾਰੀ ਵਾਲੇ ਦੇ ਪੈਰਾਂ ਵੱਲ ਖਲੋਤਾ। ਵੇਖੋ ਕਿੰਡੀ ਵੱਡੀ ਕੁਰਬਾਨੀ ਹੈ ਆਪਣੇ ਪੁਰਖਿਆਂ ਦੀ। ਦੁਸ਼ਮਣ ਵੀ ਆਉਂਦਾ ਹੈ, ਉਹ ਸ਼ਹੀਦ ਹੋਏ, ਸਰਦਾਰ ਦੇ ਪੈਰਾਂ ਵਾਲੇ ਪਾਸੇ ਖਲੋ ਜਾਂਦਾ। ਜਦੋਂ ਗੋਲੀਆਂ ਨਾਲ ਛਲਨੀ ਹੋਏ ਖੂਨ ਵਿੱਚ ਲੱਥ ਪੱਥ, ਸਰਦਾਰ ਨੂੰ ਅੰਗਰੇਜ਼ ਕਮਾਂਡਰ ਨੇ ਤੱਕਿਆ, ਉਹਦੇ ਤੋਂ ਰਿਹਾ ਨਾ ਗਿਆ। ਉਹਨੇ ਸਿਰ ਵਾਲਾ ਟੋਪ ਸਿਰ ਤੋਂ ਉਤਾਰਿਆ, ਕਸ਼ ਵਿੱਚ ਲੈ ਕੇ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਸਲੂਟ ਮਾਰਿਆ। ਔਰ ਦੋ ਗੱਲਾਂ ਸਰਦਾਰ ਦੇ ਪੈਰਾਂ ਵੱਲ ਖਲੋ ਕੇ ਉਸ ਅੰਗਰੇਜ਼ ਕਮਾਂਡਰ ਨੇ ਆਖੀਆਂ, ਜੋ ਇਤਿਹਾਸ ਦੀ ਬੁੱਕਲ ਖੋਲਿਆਂ ਲੱਭਦੀਆਂ। ਉਹਦੇ ਬੋਲ ਸਨ, ਓਏ ਸਰਦਾਰ ਸ਼ਾਮ ਸਿੰਘਾ, ਤੂੰ ਜਿੱਤਿਆ ਨਹੀਂ, ਇਹ ਤੂੰ ਹਾਰਿਆ ਨਹੀਂ, ਤੈਨੂੰ ਹਰਾਇਆ ਗਿਆ, ਅਸੀਂ ਜਿੱਤੇ ਨਹੀਂ, ਸਾਨੂੰ ਜਿਤਾਇਆ ਗਿਆ। ਉਹ ਸਰਦਾਰਾ, ਤੂੰ ਉਸ ਕੌਮ ਵੱਲੋਂ ਲੜਿਆ ਜਿਹੜੀ ਕੌਮ ਦੇ ਆਗੂ ਗਦਾਰ ਸਨ। ਸਾਡੇ ਨਾਲ ਜਦੋਂ ਧੋਖਾ ਆਇਆ ਨਾ, ਸਾਡੇ ਆਪਣਿਆਂ ਨੇ ਕੀਤਾ, ਬਗਾਨਿਆਂ ਨੇ, ਬਗਾਨਿਆਂ ਨੇ ਸਾਡਾ ਨੁਕਸਾਨ ਘੱਟ ਕੀਤਾ। ਗਿਆਨੀ ਕੁਲਵੰਤ ਸਿੰਘ BA ਕਹਿੰਦਾ ਹੁੰਦਾ ਸੀ ਵੀ ਜੇ ਮੈਂ ਕਹਿ ਲਵਾਂ ਸਿੱਖ ਕੌਮ ਆਗੂਆਂ ਦੀ ਮਾਰੀ ਕੌਮ ਹੈ, ਤੇ ਇਹਦੇ ਵਿੱਚ ਕੋਈ ਅੱਤ ਕਸਣੀ ਨਹੀਂ। ਪੁਰਾਣਾ ਇਤਿਹਾਸ ਲੈ ਲਓ ਜਾਂ 1978 ਤੋਂ ਲੈ ਕੇ ਅੱਜ ਤੱਕ ਵੇਖ ਲਓ, ਜਦੋਂ ਜਦੋਂ ਸਾਡੀ ਪਿੱਠ ਵਿੱਚ ਛੁਰਾ ਵੱਜਾ, ਉਹ ਸਾਡੇ ਆਪਣਿਆਂ ਦੇ ਹੱਥੋਂ ਵੱਜਾ। ਵਾਹਿਗੁਰੂ ਕਿਰਪਾ ਕਰੇ ਸ਼ਹੀਦਾਂ ਦੀ ਯਾਦ ਵਿੱਚ ਬੈਠ ਕੇ, ਜਿੱਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਕੇ ਆਸਥਾ ਪ੍ਰਗਟ ਕਰ ਰਹੇ ਹੋ, ਉੱਥੇ ਕਦੇ ਇਹ ਨਾ ਭੁੱਲਿਓ ਸਾਡੇ ਵੱਡ ਵਡੇਰੇ ਜਿਨ੍ਹਾਂ 5-5 ਰੁਪਈਆਂ ਦੀ ਰਫਲ ਵੇਚੀ ਹੈ, ਗੁਰੂ ਦੀ ਹਦੂਦ ਵਿੱਚ ਆ ਕੇ ਵੱਡਿਆਂ ਦੀ ਭੁੱਲ ਦੀ ਖਿਮਾ ਜਾਚਣਾ ਕਰਨ ਲਈ, ਇਹ ਵੀ ਸਾਡਾ ਧਰਮ ਹੈ, ਇਹ ਵੀ ਸਾਡੀ ਡਿਊਟੀ ਹੈ। ਵਾਹਿਗੁਰੂ ਕਿਰਪਾ ਕਰੇ। ਮੈਂ ਸਮੇਂ ਮੁਤਾਬਕ ਆਪ ਜੀ ਨਾਲ ਵਿਚਾਰ ਸਾਂਝੇ ਕੀਤੇ ਨੇ, ਵੀਰਾਂ ਵੱਲੋਂ ਬਹੁਤ ਪਿਆਰ ਪਹੁੰਚਿਆ। ਮਾਣਯੋਗ ਜਥੇਦਾਰ ਬਾਬਾ ਸ਼ਿੰਦਰ ਸਿੰਘ ਜੀ, ਉਹਨਾਂ ਵੱਲੋਂ 500 ਦਮੜਾ, ਬੰਤਾ ਸਿੰਘ ਜੀ ਪਾਣੀਕੇ, ਉਹਨਾਂ ਦੇ ਪਚੰਗੀਆਂ ਵੱਲੋਂ, ਵੀਰਾਂ ਵੱਲੋਂ ਮਾਣ ਪਹੁੰਚਿਆ। ਕੁਲਦੀਪ ਸਿੰਘ ਜੀ ਮਖੂ ਵਾਲੇ ਮਾਇਆ ਭੇਜਦੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ। ਭਗਵੰਤ ਸਿੰਘ ਜੀ ਕਵੀਸ਼ਰ, ਭਗਵੰਤ ਭਗਵਾਨ ਸਿੰਘ, ਗਿਆਨੀ ਸਰੂਪ ਸਿੰਘ ਦਾ ਬੇਟਾ ਹੈ, ਬੜਾ ਵੱਡਾ ਨਾਂ ਰੱਖਿਆ ਹੈ। ਮੈਂ ਕਈ ਵਾਰੀ ਹੈਰਾਨ ਹੁੰਦਾ ਵੀ ਭਗਵਾਨ ਦਾ ਵੀ ਉਹੀ ਅਰਥ ਹੈ ਅਤੇ ਭਗਵੰਤ ਦਾ ਵੀ ਉਹੋ, ਅਤੇ ਇੱਕੇ ਨੇ ਕੰਮ ਚਲਾ ਲੈਂਦੇ ਗਿਆਨੀ ਸਰੂਪ ਸਿੰਘ ਹੋਣੀ। ਬੜਾ ਪਿਆਰਾ ਨਾਂ ਔਰ ਬੜਾ ਪਿਆਰਾ ਜਥਾ ਸਾਡੇ ਸੰਵਾਦਾ ਆਪ ਜੀ ਦੇ ਸਾਹਮਣੇ ਪੇਸ਼ ਹੋਣਾ ਹੈ। ਮਾਣਯੋਗ ਵੀਰ ਸ਼ਿੰਦਰ ਸਿੰਘ ਡੱਲੇ ਕੀ ਪੱਤੀ, ਉਹਨਾਂ ਵੱਲੋਂ 200 ਦਮੜਾ। ਮੈਂ ਬੇਨਤੀ ਕਰਾਂ, ਗੁਰੂ ਦੀ ਕਿਰਪਾ ਤੋਂ ਬਿਨਾਂ ਗੁਰੂ ਦੇ ਦਰ ਦੀ ਕਦੇ ਸੇਵਾ ਮਨੁੱਖ ਨੂੰ ਨਸੀਬ ਨਹੀਂ ਹੁੰਦੀ। ਆਪਾਂ ਜਿੰਨੇ ਵੀ ਪਹੁੰਚੇ ਹਾਂ ਭਾਗਾਂ ਵਾਲੇ ਹਾਂ, ਵਾਹਿਗੁਰੂ ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਨ। ਭੁੱਲਾਂ ਗਲਤੀਆਂ ਦੀ ਮੁਆਫ਼ੀ ਮੰਗਦਾ ਹਾਂ ਕਿਉਂਕਿ ਤੁਹਾਡਾ ਹਾਂ। ਜਦੋਂ ਆਪਣਿਆਂ ਵਿੱਚ ਬੋਲੀਆਂ ਨਾ, ਉਦੋਂ ਬੰਦੇ ਨੂੰ ਥੋੜ੍ਹਾ ਜਿਹਾ ਔਖਾ ਹੋ ਜਾਂਦਾ, ਅਤੇ ਜਦੋਂ ਬਗਾਨਿਆਂ ਵਿੱਚ ਜਾ ਕੇ ਬੋਲੀਆਂ ਨਾ, ਉਦੋਂ ਕੋਈ ਪਰਵਾਹ ਨਹੀਂ ਹੁੰਦੀ, ਬੰਦਾ ਬੇਖੌਫ ਜਿਹਾ ਹੋ ਕੇ ਵਿਚਾਰ ਸਾਂਝੇ ਕਰਦਾ। ਪਰ ਮੈਨੂੰ ਇੱਕ ਬਹੁਤ ਵੱਡਾ ਮਾਣ ਮਿਲਦਾ ਜਦੋਂ ਤੁਹਾਡੇ ਚਰਨਾਂ 'ਚ ਖਲੋਨਾ ਨਾ, ਤੁਸੀਂ ਬਹੁਤ ਰਜਮਾ ਪਿਆਰ ਸਤਿਕਾਰ ਦੇ ਕੇ ਨਿਵਾਜਦੇ ਹੋ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਕੁਟਾਨ ਕੋਟ ਧੰਨਵਾਦ ਹੈ, ਜਿਨ੍ਹਾਂ ਨੇ ਰਹਿਮਤਾਂ ਦੀ ਵਰਖਾ ਕੀਤੀ ਹੈ। ਸੰਤ ਬਾਬਾ ਸ਼ਿੰਦਰ ਸਿੰਘ ਸਾਹਿਬ ਜੀ, ਉਹਨਾਂ ਦਾ ਧੰਨਵਾਦ। ਜਿੰਨੇ ਵੀ ਜਥੇਦਾਰ ਸਰਹਾਲੀ ਸਾਹਿਬ ਵਾਲੀ ਕਾਰ ਸੇਵਾ ਵਾਲੀ ਪ੍ਰਣਾਲੀ ਦੇ ਮੌਜੂਦ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਕਿਰਪਾ ਕਰਨ, ਇਹ ਗੁਰਮੁਖ ਪਿਆਰੇ ਇਸੇ ਤਰ੍ਹਾਂ ਰੱਬੀ ਰੰਗ ਵਿੱਚ ਰੰਗ ਕੇ ਸ਼ਹੀਦੀ ਅਸਥਾਨਾਂ ਦੀ, ਗੁਰ ਅਸਥਾਨਾਂ ਦੀ ਸੇਵਾ ਕਰਕੇ ਭਾਗਾਂ ਵਾਲੇ ਬਣਦੇ ਰਹਿਣ। ਗਿਆਨੀ ਆਤਮਾ ਸਿੰਘ ਦੱਸ ਚੁੱਕੇ ਹੈ, 140 ਕੈਸਟਾਂ ਇਹ ਮਹਿਣੇ ਰਖਾਉਂਦੀਆਂ, ਏਡੀ ਵੱਡੀ ਸੇਵਾ ਗੁਰੂ ਰਾਮਦਾਸ ਮਹਾਰਾਜ ਨੇ ਸਵਰਗਵਾਸੀ ਗਿਆਨੀ ਜਰਨੈਲ ਸਿੰਘ ਸਭਰਾਵਾਂ ਦੇ ਜਥੇ ਤੋਂ ਲਈ। ਉਦੋਂ ਬਾਅਦ 27 ਕੈਸਟਾਂ ਮੈਂ ਰਿਕਾਰਡ ਕਰਵਾਈਆਂ ਹੈ, ਔਰ ਮੈਂ ਯਤਨ ਕਰਦਾ ਹਾਂ ਜਦੋਂ ਜਦੋਂ ਕੋਈ ਗੁਣੀ ਬੰਦਾ ਮੈਨੂੰ ਮਿਲਦਾ ਹੈ, ਉਹਦੀਆਂ ਵੀ ਕੈਸਟਾਂ ਮੈਂ ਰਿਕਾਰਡ ਕਰਵਾਵਾਂ। ਗਿਆਨੀ ਲਖਮੀਰ ਸਿੰਘ ਮਸਤਕਾਲਵਾ, ਮੈਂ ਉਹਨਾਂ ਨੂੰ ਆਪ ਫੋਨ ਕੀਤਾ, ਮੈਂ ਕਿਹਾ ਗਿਆਨੀ ਜੀ ਤੁਹਾਡੇ ਕੋਲ ਗੁਣ ਬੜਾ ਵੱਡਾ ਹੈ, ਅਤੇ ਉਮਰ ਹੁਣ ਜਿਹੜੀ ਹੈ ਉਹ ਢਲਦੀ ਜਾ ਰਹੀ ਹੈ, ਅਤੇ ਕਿਰਪਾ ਕਰਕੇ ਆਪਦੇ ਗੁਣ ਨੂੰ, ਆਪਦੇ ਗਿਆਨ ਨੂੰ ਜਿੰਦਰਾ ਨਾ ਮਾਰੋ, ਇਹਨੂੰ ਲੋਕਾਂ ਵਿੱਚ ਵੰਡ ਦਿਓ। ਸੋ ਉਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ, ਉਹਨਾਂ ਨੇ ਵੀ 3-4 ਕੈਸਟਾਂ ਰਿਕਾਰਡ ਕਰਵਾ ਦਿੱਤੀਆਂ ਹੈ। ਅਤੇ ਮੈਂ ਕਦੇ ਇੰਟਰਨੈਟ ਵੇਖਿਆ, ਅਤੇ ਉੱਥੇ ਗਿਆਨੀ ਭਗਵੰਤ ਸਿੰਘ, ਗਿਆਨੀ ਸਰੂਪ ਸਿੰਘ ਸੂਰਵਿੰਡ, ਇਹਨਾਂ ਦੇ ਜਥੇ ਦੀਆਂ ਕੈਸਟਾਂ ਵੀ ਰਿਲੀਜ਼ ਹੋਈਆਂ। ਮੇਰਾ ਬੜਾ ਮਾਣ ਵਧਿਆ ਵੀ ਮੁੰਡਿਆਂ ਦਾ ਜਥਾ ਚੋਟੀ ਦਾ ਹੈ, ਔਰ ਅੱਜ ਤੱਕ ਐਵੇਂ ਪਤਾ ਨਹੀਂ ਕੀ ਕਾਰਨ ਹੈ ਵੀ ਇਸ ਪਾਸੇ ਨੂੰ ਨਹੀਂ ਤੁਰੇ। ਸੋ ਰੱਬ ਨੇ ਕਿਰਪਾ ਕੀਤੀ ਹੈ, ਉਹਨਾਂ ਵੀ ਕੈਸਟਾਂ ਰਿਕਾਰਡ ਕਰਾਈਆਂ, ਅਤੇ ਅੰਤ ਚਾਹ ਪ੍ਰਗਟ ਹੁੰਦਾ। ਇੱਕ ਦਿਨ ਗਿਆਨੀ ਜੋਗਾ ਸਿੰਘ ਭਾਗੋਵਾਲੀਆ ਦੀ ਕਵਿਤਾ ਬਾਬੇ ਰਣਜੀਤ ਸਿੰਘ ਢੰਡਰੀਆਂ ਵਾਲੇ ਨੇ ਬੋਲੀ, ਮੈਂ ਚੇਚਾ ਫੋਨ ਲਾਇਆ, ਮੇਰਾ ਮਾਣ ਵਧਿਆ ਵੀ ਇੱਕ ਕਵੀਸ਼ਰ ਦੀ ਰਚਨਾ ਏਡੇ ਵੱਡੇ ਪਲੇਟਫਾਰਮ 'ਤੇ ਕੋਈ ਬੰਦਾ ਬੋਲ ਰਿਹਾ ਹੈ, ਇਹ ਗੱਲ ਫਖਰ ਵਾਲੀ ਹੈ, ਮਾਣ ਵਾਲੀ ਹੈ। ਸੋ ਜਦੋਂ ਵੀ ਕੋਈ ਚੰਗਾ ਕਾਰਜ ਕਰਦਾ ਨਾ, ਉਹਦੀ ਸ਼ਲਾਘਾ ਕਰਨੀ ਬਣਦੀ ਹੈ। ਸੋ ਇਹਨਾਂ ਮੁੰਡਿਆਂ ਨੇ ਉਦਮ ਕੀਤਾ, ਮੈਂ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੈ, ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਇਤਨੀ ਕੁ ਹਾਜ਼ਰੀ, ਦਰ ਪ੍ਰਵਾਨ ਕਰੋ, ਗੁਰੂ ਦਰ ਦੇ ਸੇਵਾਦਾਰ ਨੂੰ ਆਗਿਆ ਦਿਓ, ਅਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ।
ਅਦਬ ਸਾਹਿਤ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਗਿਆਨੀ ਅਮਰਜੀਤ ਸਿੰਘ ਜੀ ਸਭਰਾ, ਜਿਨ੍ਹਾਂ ਨੇ ਆਪਣੇ ਕਵੀਸ਼ਰੀ ਜਥੇ ਸਮੇਤ ਹਾਜ਼ਰੀ ਭਰੀ। ਸ਼ਾਇਦ ਅੱਜ ਤੋਂ ਕੋਈ 20 ਸਾਲ ਪਹਿਲਾਂ ਇਹ ਕੈਸਟ ਜਿਹੜੀ ਰਿਲੀਜ਼ ਹੋਈ ਸੀ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲਿਆਂ ਦੀ ਸ਼ਹੀਦੀ।